ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਨ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਤੁਸੀਂ ਲਾਈਵ ਸਾਡੇ ਨਾਲ ਜੁੜ ਸਕਦੇ ਹੋ ਜੀ। ਇੱਕ ਨੰਬਰ ਤੁਹਾਡੇ ਜਿਹੜਾ ਸਕਰੀਨ 'ਤੇ ਫਲੈਸ਼ ਹੋ ਰਿਹਾ, ਉਹ 'ਤੇ ਕਾਲ ਕੀਤੀ ਜਾ ਸਕਦੀ ਹੈ ਅਤੇ ਗੱਲਬਾਤ ਕਰ ਸਕਦੇ ਹੋ। ਟੌਪਿਕ ਰਹੇਗਾ ਜੀ ਕੈਨੇਡਾ, ਦੁਬਈ ਅਤੇ ਖਾਸ ਕਰ UK। ਸਾਰੀ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਗਿਆ RS ਗਲੋਬਲ ਤੋਂ ਸੁਖਚੈਨ ਰਾਹੀ ਜੀ। ਰਾਹੀ ਸਾਹਿਬ, ਬਹੁਤ ਬਹੁਤ ਸਵਾਗਤ। ਥੈਂਕ ਯੂ ਭਾਅ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੋੜ੍ਹੀ ਜਿਹਾ ਸਿਹਤ ਨਾ ਠੀਕ ਹੋਣ ਕਰਕੇ ਗੱਲਾਂ ਥੋੜ੍ਹਾ ਜ਼ਿਆਦਾ ਨਹੀਂ ਪ੍ਰੋਪਰਲੀ ਬੋਲ ਪਾਵਾਂਗਾ ਆਪਣੀ ਫੋਰਮ ਦੇ ਵਿੱਚ, ਬਟ ਫਿਰ ਵੀ ਚਲੋ ਲਾਈਵ ਕਾਲਸ ਲਵਾਂਗੇ। 70509 70509 ਨੰਬਰ 'ਤੇ ਕਾਲ ਕਰ ਸਕਦੇ ਹੋ। ਜਿਵੇਂ ਕਿ ਦੱਸਿਆ ਅਮਨ ਭਾਅ ਜੀ ਨੇ, ਟੋਪਿਕ ਰਹੇਗਾ ਕੈਨੇਡਾ, UK ਅਤੇ ਉਹ ਵਾਲੇ ਲੋਕ, ਉਹ ਵਾਲੇ ਐਪਲੀਕੈਂਟਸ ਜਿਹੜੇ ਵਰਕ ਪਰਮਿਟ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ UK ਜਾਂ ਕਿਸੇ ਵੀ ਕੰਟਰੀ 'ਚ ਜਾਣ ਲਈ ਤਰਲੋ ਮੱਛੀ ਹੋ ਰਹੇ ਆ, ਔਰ ਐਡਵਰਟੀਜ਼ਮੈਂਟ ਅਖਬਾਰਾਂ 'ਚ, ਫੇਸਬੁੱਕ 'ਤੇ, ਯੂਟਿਊਬ 'ਤੇ ਵੇਖ ਕੇ ਆਪਣਾ ਪੈਸਾ, ਆਪਣਾ ਸਮਾਂ ਖਰਾਬ ਕਰ ਰਹੇ ਆ, ਉਹ ਵਰਕ ਪਰਮਿਟ 'ਤੇ ਕਿਵੇਂ ਜਾ ਸਕਦੇ? ਉਹਦੇ ਬਾਰੇ ਗੱਲਜੂਰ ਕੀਤੀ ਜਾਏਗੀ ਕਿ ਦੁਬਈ 'ਚ ਪੜ੍ਹ ਕੇ ਕਿਵੇਂ ਅਮੈਰੀਕਾ ਕੈਨੇਡਾ ਵਰਕ ਪਰਮਿਟ 'ਤੇ ਜਾਂ PR 'ਤੇ ਜਾਇਆ ਜਾ ਸਕਦਾ। ਅੱਜ ਦੇ ਲਾਈਵ ਸ਼ੋਅ 'ਚ ਤੁਸੀਂ ਇਹਦੇ ਨਾਲ ਜੁੜ ਕੇ ਇਨਫੋਰਮੇਸ਼ਨ ਲੈ ਸਕਦੇ ਹੋ। ਵੀਡੀਓ ਜਦੋਂ ਅਪਲੋਡ ਹੋ ਰਹੀ ਸਾਡੇ ਫੇਸਬੁੱਕ ਪੇਜ 'ਤੇ ਵੀ ਚੱਲ ਰਿਹਾ ਲਾਈਵ, ਦੇਸ਼ ਪ੍ਰਦੇਸ਼ 'ਤੇ ਵੀ ਚੱਲ ਰਿਹਾ, ਇਹ ਵੀਡੀਓ ਅੱਗੇ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਜੋ ਆਪਣੇ ਭਵਿੱਖ ਨੂੰ ਬਾਹਰਲੇ ਮੁਲਕਾਂ ਸੈਟਲ ਕਰਨਾ ਚਾਹੁੰਦੇ ਨੇ। ਰਾਈ ਸਾਹਿਬ, ਸ਼ੁਰੂਆਤ ਮੈਂ ਇੱਕ ਕਨਫਿਊਜ਼ਨ ਤੋਂ ਕਰਨਾ ਚਾਹੁੰਦਾ, ਕਾਲ ਬਾਅਦ 'ਚ ਲਊਂਗਾ। ਅੱਜ ਬਹੁਤ ਵੱਡੇ ਪੱਧਰ 'ਤੇ ਕਨਫਿਊਜ਼ਨ ਹੈ। ਸਭ ਤੋਂ ਵੱਧ ਸਵਾਲ ਸਾਡੇ ਕੋਲ ਇੱਕੋ ਆਉਂਦਾ ਵੀ ਓਵਰਆਲ ਦਾ 6 ਆ ਗਏ ਜੀ, 1 ਚੋਂ 5.5 ਜਾਂ 2 ਚੋਂ 5.5 ਰਹਿ ਗਏ, ਵੀਜ਼ਾ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ? ਇੱਥੇ ਵੀ 2 ਰਾਏ ਨੇ, ਕੁਛ ਏਜੰਟ ਕਹਿੰਦੇ 1 ਚੋਂ 5.5 ਹੋਣ ਤਾਂ ਮੇ ਬੀ ਚਾਂਸ ਹੈਗਾ, 2 ਚੋਂ ਹੋਣ ਤਾਂ ਬਿਲਕੁਲ ਨਹੀਂ। ਤੁਸੀਂ ਇਹਦੇ ਬਾਰੇ ਕੀ ਕਹਿਣਾ? ਅਮਰ ਭਾਅ ਜੀ, ਪੰਜਾਬ ਦੇ ਵਿੱਚ ਤਕਰੀਬਨ ਜਿੰਨਾ ਕੁ ਮੇਰਾ ਆਪਣਾ ਤਜਰਬਾ ਕਹਿੰਦਾ, 75 ਤੋਂ 80% ਲੋਬੀ ਪੰਜਾਬ 'ਚ ਇਹੋ ਜਿਹੀ ਬੱਚਿਆਂ ਦੀ ਹੈ ਜਿਹਨਾਂ ਦੀ ਓਵਰਆਲ ਤਾਂ 6 ਬੈਂਡ ਹੈ, ਬਟ ਇੱਕ ਮੋਡਿਊਲ 'ਚੋਂ 5.5 ਹੈ, ਤਾਂ ਤਕਰੀਬਨ 90% ਲੋਬੀ ਪੰਜਾਬ 'ਚ ਇਹੋ ਜਿਹੀ ਹੈਗੀ ਹੈ ਜਿਹਦੇ ਓਵਰਆਲ 6 ਆ, 2 ਚੋਂ 5.5 ਆ। ਜਿੰਨਾ ਬੱਚਿਆਂ ਦੇ 2 ਚੋਂ 5.5 ਆ, ਉਹ ਤਾਂ ਇੱਕ ਦਿਨ ਲਾਟਰੀ ਪਾਉਣ ਵਾਲਾ ਹਿਸਾਬ ਹੈ, ਦਿਵਾਲੀ ਬੰਪਰ, ਲੋਹੜੀ ਬੰਪਰ ਨਿਕਲਣਾ ਇੱਕਦਾ ਹੀ ਹੈ, ਬਾਕੀ ਹਜ਼ਾਰਾਂ ਲੱਖਾਂ ਲੋਕਾਂ ਨੇ 200-200 ਰੁਪਏ ਦੀ ਟਿਕਟ ਲੈ ਕੇ ਖਰਾਬ ਕਰਨੇ। ਸੋ 2 ਚੋਂ 5.5 ਆ ਤਾਂ ਮੈਂ ਵੀਜ਼ਾ ਅਪਲਾਈ ਕਰਨ ਦੀ ਸਲਾਹ ਕੈਨੇਡਾ ਦੀ ਨਹੀਂ ਦਊਂਗਾ। ਬੈਟਰ ਹੈ ਕਿ ਤੁਸੀਂ ਆਪਣੇ ਆਇਲਸ ਇੰਪਰੂਵ ਕਰੋ। ਬਟ ਜੇ ਤੁਹਾਡੇ ਓਵਰਆਲ 6 ਬੈਂਡ ਹੈ, ਕਿਸੇ 1 ਚੋਂ 5.5, ਕਿਸੇ 1 ਚੋਂ 6 ਜਾਂ ਕਿਸੇ 1 ਤੀਜੇ 'ਚੋਂ ਫਿਰ 6, ਪਰ 1 ਚੋਂ 5.5 ਰਹਿ ਗਏ, ਜਾਨੀ ਕਿ ਅਗਰ 3 ਮੋਡਿਊਲ 'ਚੋਂ 6 ਹੈ, 1 ਮੋਡਿਊਲ 'ਚੋਂ 5.5 ਹੈ, ਬੇਸ਼ੱਕ ਆਪਣਾ ਵੀਜ਼ਾ ਸਾਡੇ ਕੋਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਰੀ ਫੀਸ ਵੀਜ਼ਾ ਲੱਗੋ ਤੋਂ ਬਾਅਦ ਲਈ ਜਾਂਦੀ ਹੈ, ਔਰ ਸਾਡਾ ਸਕਸੈਸ ਰੇਟ 99% ਹੈ। ਕਾਰਨ ਕੀ ਹੈ ਕਿ ਅਸੀਂ ਪਿਛਲੇ ਲਗਭਗ 6 ਮਹੀਨੇ ਤੋਂ ਇਹਦੀ ਪ੍ਰਮੋਸ਼ਨ ਕਰ ਰਹੇ ਸੀ, ਪਹਿਲਾਂ 6 ਮਹੀਨੇ ਪੁਰਾਣੇ, ਕਿ 6 ਬੈਂਡ ਡੀਜ 'ਤੇ ਕੇਸ ਲਾਉਣੇ ਚਾਹੀਦੇ ਆ, ਪਰ ਅਸੀਂ ਜਦੋਂ ਐਕਸਪੈਰੀਮੈਂਟਲ ਬੇਸ 'ਤੇ 1 ਬੱਚੇ ਦੇ 5.5 ਬੈਂਡ 'ਤੇ ਕੇਸ ਅਪਲਾਈ ਕੀਤੇ, ਵੀਜ਼ੇ ਲੱਗੇ, 5.5 2 'ਤੇ ਕੀਤੇ, ਵੀਜ਼ੇ ਰਿਫਿਊਜ਼ ਹੋਏ। ਸੋ ਆਪਣਾ ਤਜਰਬਾ ਇਹ ਕਹਿੰਦਾ ਹੈ ਜੋ ਅਸੀਂ ਕਰ ਰਹੇ ਹਾਂ ਫਿਲਹਾਲ, ਜਨਵਰੀ ਇਨਟੇਕ ਸਾਡੇ ਕੋਲ ਅਵੇਲੇਬਲ ਹੈ, ਜਿਹੜਾ ਸਾਨੂੰ ਫੇਸਬੁੱਕ ਪੇਜ 'ਤੇ ਫੋਲੋ ਕਰਦਾ ਜਾਂ ਯੂਟਿਊਬ 'ਤੇ ਸਾਨੂੰ ਫੋਲੋ ਕਰ ਰਿਹਾ ਉਹ ਵੇਖਦਾ ਹੋਏਗਾ ਕਿ ਅਸੀਂ ਹਰ ਰੋਜ਼ 2-4 ਵੀਜ਼ੇ ਇਹੋ ਜਿਹੇ ਪਾਉਂਦੇ ਹਾਂ। ਹੁਣ ਕੱਲ੍ਹ ਇੱਕ ਵੀਜ਼ਾ ਅਸੀਂ ਫੇਸਬੁੱਕ 'ਤੇ ਅਪਲੋਡ ਕੀਤਾ, ਅਰਸ਼ਦੀਪ ਕੌਰ ਦਾ, ਸਟੂਡੈਂਟ ਨੇ 2017 'ਚ 12ਵੀਂ ਕੀਤੀ ਸੀ, 2 ਸਾਲ ਦਾ ਗੈਪ ਸੀ, ਓਵਰਆਲ 6 1 ਚੋਂ 5.5 ਸੀ, ਉਹਦਾ ਵੀਜ਼ਾ ਲੱਗ ਕੇ ਆ ਗਿਆ। ਸੋ ਅਗਰ ਓਵਰਆਲ 6 ਬੈਂਡ ਹੈ, 1 ਚੋਂ 5.5 ਆ, ਅੱਜ ਇਸ ਲਾਈਵ ਪ੍ਰੋਗਰਾਮ ਰਾਹੀਂ ਖੁੱਲ੍ਹਾ ਸੱਦਾ ਦਿੰਦਾ, ਬਾਕੀ ਵੀ ਹੋਰ ਪ੍ਰਮੋਸ਼ਨ ਮੈਂ ਖੁੱਲ੍ਹਾ ਸੱਦਾ ਦਿੰਦਾ, ਜਨਵਰੀ ਟੇਕ ਦੀਆਂ ਹਾਲੇ ਤਕਰੀਬਨ 1 ਹਫ਼ਤਾ ਹੋਰ ਅਸੀਂ ਐਪਲੀਕੇਸ਼ਨ ਲਵਾਂਗੇ, ਜਾਨੀ ਕਿ ਅਗਲੀ 12-13 ਨਵੰਬਰ ਤੱਕ ਅਸੀਂ ਐਪਲੀਕੇਸ਼ਨ ਲਵਾਂਗੇ। ਬਿਜ਼ਨਸ ਕਰਨਾ ਚਾਹੁੰਦੇ ਹੋ, ਬਿਜ਼ਨਸ ਦੀ ਪੜ੍ਹਾਈ, IT ਦਾ ਕੋਈ ਨੈਟਵਰਕਿੰਗ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਅਰਲੀ ਚਾਈਲਡਹੁੱਡ ਦਾ ਪ੍ਰੋਗਰਾਮ ਲੈਣਾ ਚਾਹੁੰਦੇ ਹੋ, ਜਾਂ ਫਿਰ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਲੈਣਾ ਚਾਹੁੰਦੇ ਹੋ, ਸਾਰੇ ਤਰ੍ਹਾਂ ਦੇ ਕੋਰਸ ਸਾਡੇ ਕੋਲ ਅਵੇਲੇਬਲ ਹੈ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਹੁਣ ਜਿਹੜੇ ਬੱਚੇ ਨੇ ਓਵਰਆਲ 6 1 ਚੋਂ 5.5 ਆ, ਉਹਦੇ ਬੱਚੇ ਨੂੰ ਜਾਂ ਮਾਂ ਪਿਓ ਨੂੰ ਪਹਿਲਾਂ ਡਰ ਤਾਂ ਹੈ ਕਿ ਜੇ ਅਸੀਂ ਵੀਜ਼ਾ ਅਪਲਾਈ ਕੀਤਾ, ਵੀਜ਼ਾ ਰਿਫਿਊਜ਼ ਹੋ ਗਿਆ, ਤਾਂ ਤਕਰੀਬਨ 1-1.5 ਲੱਖ ਦਾ ਚੂਨਾ ਲੱਗ ਜਾਣਾ, ਜੋ ਕਿ ਸੱਚ ਵੀ ਹੈ। ਜਿੱਥੇ ਤੁਸੀਂ GST ਭਰ ਰਹੇ ਹੋ, ਫੀਸ ਭਰ ਰਹੇ ਹੋ, ਮੈਸੀ ਫੀਸ ਭਰ ਰਹੇ ਹੋ, ਕੱਟ ਕਟਾ ਕੇ ਪੈਸੇ ਹੋਣੇ, ਜਦੋਂ ਡਾਲਰ ਜਾਣਾ ਔਰ ਉਹ ਬਾਇੰਗ ਰੇਟ ਲੱਗਣਾ, ਜਦੋਂ ਵਾਪਸ ਹੋਣਾ ਸੈਲਿੰਗ ਰੇਟ ਲੱਗਣਾ, ਆਟੋਮੈਟਿਕਲੀ ਵਿੱਚ 1.5 ਲੱਖ ਉੱਡ ਜਾਂਦਾ। ਉਸ ਬੱਚੇ ਦਾ ਰਿਸਕ ਜ਼ੀਰੋ ਕਰਨ ਲਈ RS ਗੋਬਲ ਨੇ ਪਿਛਲੇ ਲਗਭਗ 6 ਮਹੀਨੇ ਤੋਂ ਪ੍ਰਮੋਸ਼ਨ ਸ਼ੁਰੂ ਕੀਤੀ ਹੋਈ ਹੈ। ਜਿਹੜੇ ਬੱਚੇ ਦੇ ਓਵਰਆਲ 6 ਬੈਂਡ ਹੈ, 1 ਚੋਂ 5.5, ਜਾਂ ਜਿਹੜੇ ਬੱਚੇ ਦੇ ਨੰਬਰ 60% ਤੋਂ ਘੱਟ ਹੈ, ਜਾਂ ਜਿਹੜਾ ਬੱਚੇ ਦੇ ਪੜ੍ਹਾਈ 'ਚ 2-4 ਸਾਲ ਦਾ ਗੈਪ ਪੈ ਗਿਆ, ਜਾਂ ਫਿਰ ਚੌਥਾ ਬੱਚਾ ਉਹ ਜਿਹੜਾ 1-2 ਵਾਰ ਕੈਨੇਡਾ ਰਿਫਿਊਜ਼ ਹੋ ਚੁੱਕਾ, ਦੁਬਾਰਾ ਪੈਸੇ ਖਰਚਣ ਤੋਂ ਡਰਦਾ, ਅਸੀਂ ਉਹਦਾ ਕੇਸ ਕੈਨੇਡਾ ਦਾ ਲਵਾਂਗੇ, ਵੀਜ਼ੇ ਲੱਗਣ ਤੋਂ ਬਾਅਦ ਸਾਰੇ ਪੈਸੇ ਲਵਾਂਗੇ, ਬੱਚੇ ਦੀ ਕਾਲਜ ਦੀ ਫੀਸ 1 ਸਾਲ ਦੀ, ਸਾਡੀ ਐਪਲੀ ਕੰਪਨੀ ਦੀ ਫੀਸ, ਕੰਪਨੀ ਦੀ ਪ੍ਰੋਸੈਸਿੰਗ ਫੀਸ, ਕਾਲਜ ਦੀ ਆਫਲੈਟ ਦੀ ਫੀਸ, ਹਰ ਇੱਕ ਤਰ੍ਹਾਂ ਦਾ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਲਿਆ ਜਾਏਗਾ। ਕੇਵਲ ਬੱਚੇ ਨੇ ਆਪਦੇ ਖਾਤੇ 'ਚੋਂ ਕੈਨੇਡੀਅਨ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਕਰਨੇ, ਜਿਹਨੂੰ GIC ਕਹਿੰਦੇ ਆ, ਬੱਚੇ ਨੇ ਆਪਦੀ MSC ਫੀਸ ਪੇ ਕਰਨੀ ਹੈ। ਜਿਹੜਾ ਬੱਚਾ ਪਹਿਲਾਂ ਰਿਫਿਊਜ਼ ਹੋ ਕੇ ਆਇਆ, ਉਹਦਾ GIC ਪੇਡ ਹੈ, ਉਹਨੂੰ GIC ਭਰਨ ਦੀ ਲੋੜ ਨਹੀਂ, ਉਹਦਾ ਮੈਡੀਕਲ ਹੋਇਆ ਪਿਆ, ਦੁਬਾਰਾ ਮੈਡੀਕਲ ਕਰਾਉਣ ਦੀ ਲੋੜ ਨਹੀਂ, ਬਾਇਓਮੈਟ੍ਰਿਕਸ ਹੋਏ ਪਏ ਨੇ ਉਹ ਕਰਾਉਣ ਦੀ ਲੋੜ ਨਹੀਂ। ਉਹ ਬੱਚਾ ਕੇਵਲ $150-$150 ਆਪਣੀ ₹7500 MSC ਫੀਸ ਪੇ ਕਰਕੇ ਵੀਜ਼ਾ ਲੈ ਸਕਦਾ, ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਐਂਡ ਹੋਰਨਾਂ ਕੰਪਨੀ ਵਾਂਗ ਅਸੀਂ ਕੋਈ 15-20 ਲੱਖ ਦੇ ਪੈਕੇਜ ਨਹੀਂ ਕਰਦੇ, ਕਿ
ਤੁਹਾਡੇ ਤੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। ਅਗਰ ਇੱਕ ਮੋਡਿਊਲ 'ਚੋਂ ਸਾਡੇ ਪਿੰਡ ਬੈਂਡ ਆ, ਦਿਸ ਇਜ਼ ਦਾ ਰਾਈਟ ਟਾਈਮ, ਜਦੋਂ ਵੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਆ, ਇੱਕ ਦੋ ਦਿਨ ਦੇ ਵਿੱਚ ਵਿੱਚ ਮੇਰੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਦਫ਼ਤਰਾਂ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ। ਔਰ ਜੇ ਵੀਜ਼ੇ ਲੱਗੇ ਵੇਖਣੇ, ਸਾਡਾ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ, ਆਰ ਐੱਸ ਗਲੋਬਲ ਇਮੀਗ੍ਰੇਸ਼ਨ ਨਾਮ 'ਤੇ। ਉੱਥੇ ਕਈ ਇਹੋ ਜਿਹੇ ਬੱਚੇ, ਮਤਲਬ 2-4, 5-10 ਦੀ ਗੱਲ ਨਹੀਂ ਕਰ ਰਿਹਾ, ਤੁਹਾਨੂੰ ਘੱਟੋ ਘੱਟ 40-50 ਇਹੋ ਜਿਹੇ ਵੀਜ਼ੇ ਲੱਗੇ ਪਿਛਲੇ 2 ਮਹੀਨੇ 'ਚ ਦੇਖ ਪੈਣਗੇ। ਜਿਨ੍ਹਾਂ ਬੱਚਿਆਂ ਦੇ ਓਵਰਆਲ 6 ਸੀਗੇ, ਬਟ ਇੱਕ ਮੋਡਿਊਲ 'ਚੋਂ ਸਾਡੇ ਪਿੰਡ ਬੈਂਡ ਸੀ, ਨੋਨ ਐਸ ਡੀ ਐਸ ਕੈਟਾਗਰੀ ਬੱਚੇ ਨੇ ਵੀਜ਼ਾ ਲਿਆ। ਜੀ, ਪਹਿਲੀ ਕਾਲ ਲੈਂਦੇ ਹਾਂ। ਹੈਲੋ ਹੈਲੋ, ਕੱਟ ਗਿਆ ਫੋਨ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਗੁਰਜਿੰਦਰ ਸਿੰਘ ਹੈ। ਗੁਰਜਿੰਦਰ ਜੀ, ਕਿਹੜੇ ਸ਼ਹਿਰ ਤੋਂ? ਸਰ, ਮੈਂ ਡਿਸਟ੍ਰਿਕਟ ਬਿਜਨੌਰ ਤੋਂ ਬੋਲ ਰਿਹਾ। ਬਿਜਨੌਰ, ਬਿਜਨੌਰ ਕੀ ਪੁੱਛਣਾ ਚਾਹੁੰਦੇ ਹੋ ਗੁਰਜਿੰਦਰ? ਸਰ, ਮੇਰੇ 63% ਆ ਅਤੇ ਮੈਂ ਰੀਸੈਂਟ ਰਿਫਿਊਜ਼ ਹੋ ਗਿਆ ਕੈਨੇਡਾ ਤੋਂ। ਮੇਰੇ ਓਵਰਆਲ 6.5 ਬੈਂਡ ਹੈ, ਮੈਂ ਲਾਇਸੈਂਸ ਸੀ। ਯਾਨੀ ਕਿ ਤੁਹਾਡੇ ਸਾਰੇ ਮੋਡਿਊਲ 'ਚੋਂ 6-6 ਬੈਂਡ ਨੇ? ਹਾਂਜੀ। ਮਤਲਬ ਕਿਸੇ ਮੋਡਿਊਲ 'ਚੋਂ ਬੇਟਾ 5.5 ਤਾਂ ਨਹੀਂ ਨਾ, ਸਾਰਿਆਂ 'ਚੋਂ 6 ਤੋਂ ਉੱਪਰ ਹੀ ਹੈ, ਤਾਂ 6 ਹੈ। ਔਰ ਕਿਹੜਾ ਕਾਲਜ, ਕਿਹੜਾ ਕੋਰਸ ਸੀ ਤੁਹਾਡਾ? ਉਹ ਇੰਡੀਆ 'ਚ ਤੁਹਾਡੀ ਕੁਆਲੀਫਿਕੇਸ਼ਨ ਕੀ ਸੀ? ਤੁਹਾਡੀ ਕੁਆਲੀਫਿਕੇਸ਼ਨ ਇੰਡੀਆ 'ਚ ਕੀ ਪੜ੍ਹਾਈ ਲਿਖਾਈ ਕੀਤੀ ਸੀ? ਤੇ ਫਿਰ ਪ੍ਰੋਜੈਕਟ ਮੈਨੇਜਮੈਂਟ ਦਾ ਡਿਪਲੋਮਾ ਕਿਉਂ ਲਿਆ? ਉਹ ਰੈਲੀਵੈਂਸੀ ਕਿੱਥੋਂ ਬਣ ਗਈ? ਚਲੋ ਐਨੀਵੇਸ, ਲੌਂਗ ਡਿਸਕਸ਼ਨ, ਲਾਈਵ ਪ੍ਰੋ ਨਹੀਂ ਹੋ ਪਾਏਗੀ। ਤੁਹਾਡੇ ਕੋਰਸ ਵਿੱਚ ਮਿਸਮੈਚ ਸੀਗਾ, ਰੈਲੀਵੈਂਟਸ ਨਹੀਂ ਸੀਗਾ ਤੁਹਾਡਾ, ਤਾਂ ਵੀਜ਼ਾ ਰਿਫਿਊਜ਼ ਹੋਇਆ। ਕਿਉਂਕਿ ਜੇ ਤੁਸੀਂ ਪਲੱਸ ਟੂ ਕੀਤੀ 2016 ਤੋਂ ਬਾਅਦ 3 ਸਾਲ ਦਾ ਤੁਹਾਡਾ ਗੈਪ ਹੈ, ਤੁਸੀਂ ਕੋਈ ਜਸਟੀਫਾਈ ਨਹੀਂ ਕੀਤਾ, ਸਟੇਟਮੈਂਟ ਆਫ ਪਰਪਸ ਨਹੀਂ ਲਗਾਇਆ ਹੋਏਗਾ। ਦੂਸਰਾ, ਤੁਹਾਡਾ ਕੋਰਸ ਗਲਤ ਸੀਗਾ। ਹੁਣ ਜੇ ਇਸ ਬੱਚੇ ਨੇ 6 ਬੈਂਡ ਈਚ ਆ, ਮੈਂ ਵਾਅਦਾ ਕਰਦਾ, ਦਾਅਵਾ ਕਰਦਾ, ਇਸੇ ਮੰਚ 'ਤੇ ਇਹਦਾ ਵੀਜ਼ਾ 45 ਦਿਨਾਂ ਬਾਅਦ ਦਿਖਾ ਦੇਗਾ। ਬਿਜਨੌਰ ਤੋਂ ਬੋਲ ਰਹੇ ਹੋ, ਤੁਹਾਨੂੰ ਮੋਹਾਲੀ ਦਫ਼ਤਰ ਨੇੜੇ ਪੈਣਾ, ਮੇਰੇ ਮੋਹਾਲੀ ਦਫ਼ਤਰ 'ਚ ਕੱਲ੍ਹ ਨੂੰ ਆ ਕੇ ਇੱਥੇ ਮਿਲਣਾ ਜਾਂ ਸੋਮਵਾਰ ਆ ਕੇ ਮਿਲਣਾ। ਜੀ ਆਈ ਸੀ ਵਾਪਸ ਲੈਣ ਦੀ ਲੋੜ ਨਹੀਂ, ਮੈਡੀਕਲ ਉਹੀ ਚੱਲ ਪੈਣਾ, ਜੀ ਐੱਸ ਸੀ ਉਹੀ ਚੱਲ ਪੈਣਾ, ਯੂਨੀਵਰਸਿਟੀ ਫੀਸ, ਕਾਲਜ ਦੀ ਫੀਸ ਆਪਣੀ ਵਾਪਸ ਲੈ ਲਓ, ਅਸੀਂ ਤੁਹਾਡੇ ਕੋਲ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਲਵਾਂਗੇ। ਔਰ ਵੀਜ਼ਾ ਲਵਾ ਕੇ ਦਿਖਾਵਾਂਗੇ, ਕਿਉਂਕਿ ਤੁਸੀਂ ਪਲੱਸ ਟੂ ਕੀਤੀ ਆ, ਤੁਹਾਡੇ 6 ਬੈਂਡ ਈਚ ਹੈ, ਔਰ ਤੁਹਾਡੀ ਫਸਟ ਡਿਵੀਜ਼ਨ 60% ਤੁਹਾਡੇ ਉੱਪਰ ਨੰਬਰ ਹੈ। ਸੋ ਇਹੋ ਜਿਹੇ ਕੇਸ 'ਚ ਮੈਂ ਵੀਜ਼ੇ ਰਿਫਿਊਜ਼ ਆਪਣੇ ਹੁੰਦੇ ਵੇਖੇ ਨਹੀਂ। ਹਾਂ, ਜਿਹੜੇ ਵੀਜ਼ੇ ਸਾਡੇ 1% ਰਿਫਿਊਜ਼ ਹੋਏ ਵੀ ਆ, ਉਹ ਬੱਚੇ ਰਿਫਿਊਜ਼ ਹੋਏ ਆ ਜਿਹੜੇ ਬੱਚੇ ਦੇ ਨੰਬਰ 45% ਵੀ ਘੱਟ ਸੀਗਾ। ਈਵਨ ਕਿ ਅਸੀਂ ਅਕਸ਼ੇ ਪ੍ਰਾਸ਼ਰ ਕਰਕੇ ਮੁੰਡਾ ਨਵੇਂ ਸ਼ਹਿਰ ਬ੍ਰਾਂਚ ਦਾ ਮੇਰਾ ਕੇਸ ਸੀਗਾ, ਭਾਅ ਜੀ 47% ਨੰਬਰ ਬੱਚੇ ਦੇ। ਮੈਨੂੰ ਲੱਗਦਾ ਕਿ ਮੈਂ ਅੱਜ ਤੱਕ ਕਿਸੇ ਕੰਸਲਟੈਂਟ ਦੇ ਫੇਸਬੁੱਕ ਪੇਜ 'ਤੇ 47% ਵੀਜ਼ਾ ਲੱਗਣ ਵੇਖਿਆ, ਅਸੀਂ 47% ਨਾਲ ਹੀ ਵੀਜ਼ਾ ਲਵਾਤਾ। ਸੋ ਬੜੀ ਵਧੀਆ ਪ੍ਰੋਫਾਈਲ ਹੈ ਦੋਸਤ, ਨਿਰਾਸ਼ ਹੋਣ ਦੀ ਲੋੜ ਨਹੀਂ, ਦੁਬਾਰਾ ਰੀਪਲਾਈ ਕਰੋ, ਪੈਸਾ ਕੋਈ ਨਹੀਂ ਲੈਣਾ। ਜੇ ਚਾਹੁੰਦੇ ਹੋ ਵੈਸੀ ਫੀਸ ਤੱਕ ਮੈਂ ਆਪਣੇ ਕੋਲੋਂ ਲਾ ਦੂੰਗਾ, ਤੁਸੀਂ ਕੋਈ ਪੈਸਾ ਨਹੀਂ ਦੇਣਾ, ਤੁਸੀਂ ਪੈਸੇ ਦੇਣੇ ਵੀਜ਼ਾ ਲੱਗਣ ਤੋਂ ਬਾਅਦ, ਬਟ ਡਿਲੇ ਨਾ ਕਰੋ। ਜਨਵਰੀ ਇਨਟੇਕ ਲਈ ਲਾਸਟ ਕਾਲ ਹੈ, ਲਾਸਟ ਮੌਕਾ ਹੈ, ਇਸ ਤੋਂ ਬਾਅਦ ਜਾ ਕੇ ਵਾਰੀ ਫਿਰ ਮਈ ਇਨਟੇਕ 'ਚ ਆਏਗੀ। ਐਂਡ ਮਈ ਇਨਟੇਕ ਵੈਸੇ ਬਹੁਤ ਛੋਟਾ ਇਨਟੇਕ ਹੁੰਦਾ ਕੈਨੇਡਾ ਦਾ, ਹੋ ਸਕਦਾ ਜਿਹੜੇ ਪ੍ਰੋਗਰਾਮ ਤੁਸੀਂ ਲੈਣਾ ਚਾਹੁੰਦੇ ਹੋ ਉਹ ਪ੍ਰੋਗਰਾਮ ਤਾਂ ਮਈ 'ਚ ਅਵੇਲੇਬਲ ਨਾ ਹੋ। ਸੋ ਗੁਰਜਿੰਦਰ ਸਿੰਘ, ਤੁਸੀਂ ਮੋਹਾਲੀ ਦਫ਼ਤਰ ਆ ਕੇ ਕੱਲ੍ਹ ਨੂੰ ਜਾਂ ਮੰਡੇ ਮਿਲ ਸਕਦੇ। ਰਾਜੀ ਸਾਹਿਬ, ਇੱਕ ਪਾਸੇ ਆਪਾਂ ਗੱਲ ਕਰ ਰਹੇ ਹਾਂ ਓਵਰਆਲ 6 ਬੈਂਡ ਰਿਫਿਊਜ਼ ਹੋ ਰਿਹਾ, ਈਚ 6 ਰਿਫਿਊਜ਼ ਹੋ ਰਿਹਾ, ਬਿਲਕੁਲ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਮੇਰਾ 99% ਰੇਟ ਹੈ, 1-5 ਬੈਂਡ ਹੋਣ ਤਾਂ ਮੈਂ ਸਾਰੇ ਪੈਸੇ ਵੀ ਵੀਜ਼ੇ ਤੋਂ ਬਾਅਦ ਲਾ, ਬਿਲਕੁਲ। ਦੋਨੋਂ ਹੀ ਗੱਲਾਂ ਕਿਤੇ ਅੱਜ ਸਮਝ ਨਹੀਂ ਆ ਰਹੀਆਂ, ਕੀ ਦੇਖਦੇ ਹੋ ਇਹਦੇ ਵਿੱਚ ਫਰਕ? ਪਰ ਇੱਦਾਂ ਡਿਪੈਂਡ ਕਰਦਾ ਕਿ ਜਿਹੜਾ ਤੁਹਾਡਾ ਕੰਸਲਟੈਂਟ ਆ ਉਹ ਤੁਹਾਨੂੰ ਕੋਰਸ ਕੀ ਦੇ ਕੇ ਦੇ ਰਿਹਾ, ਜਿਹੜੇ ਤੁਹਾਡਾ ਐਡਮਿਸ਼ਨ ਅਫਸਰ ਆ ਤੁਹਾਡੀ ਫਾਈਲ ਨੂੰ ਕਿੱਦਾਂ ਤਿਆਰ ਕਰ ਰਿਹਾ। ਹੁਣ ਇਹ 6 ਈਚ ਵਾਲਾ ਬੱਚਾ ਰਿਫਿਊਜ਼ ਹੈ, ਮੈਂ ਇਹ ਗੱਲ ਮੁੱਕਰਦਾ ਨਹੀਂ, ਬਿਲਕੁਲ ਠੀਕ ਗੱਲ ਹੈ। ਸਾਡਾ ਆਪਣਾ ਵੀ 6 ਬੈਂਡ ਈਚ ਵਾਲਾ ਬੱਚਾ ਵੀਜ਼ਾ ਰਿਫਿਊਜ਼ ਹੋਇਆ, ਮੈਂ ਬੱਚੇ ਦਾ 1-5 ਵਾਲਾ ਵੀਜ਼ਾ ਆਇਆ। ਮੈਂ ਖੁਦ ਦਾ ਗੱਲ ਕਰਾਂ ਜੀ, ਬੱਚੇ ਸਜਨੀਤ ਕੌਰ ਮੇਰੀ ਆਪਣੀ ਕੈਨੇਡਾ ਤੋਂ ਰਿਲੇਟਿਵ ਸੀ, ਮੈਨੂੰ ਵਿਚਾਰੀ ਨਾਮ ਸੁਣਦੀ ਹੋਗੀ, ਕਹਿੰਦੀ 6.5 ਓਵਰਆਲ ਸੀ, 6 ਈਚ ਸੀਗੇ। ਹੁਣ ਕਾਲਜ ਦਾ ਨਾਮ ਵੀ ਦੱਸ ਦੇਣਾ, ਸੈਂਟੀਨੀ ਕਾਲਜ ਫਾਈਲ ਆਈ, ਨੰਬਰ ਵੀ 70-80% ਸੀ। ਐਸ ਜੀ ਐਸ ਕੈਟਾਗਰੀ 'ਚ ਕੇਸ ਵੀਜ਼ਾ ਰਿਫਿਊਜ਼ ਹੋਇਆ, ਦੁਬਾਰਾ ਫਿਰ ਉਹਦਾ ਰੀਪਲਾਈ ਕਰਤਾ ਗਿਆ, ਪੱਲੇ ਸਗੋਂ ਵੈਸੀ ਫੀਸ ਵੀ ਲਾਈ, ਤਕਰੀਬਨ 3 ਦਿਨ ਵੀਜ਼ਾ ਲੱਗ ਕੇ ਆ ਗਿਆ ਤਾ। ਤਾਂ ਉਹਦੇ ਨਾਲ ਹੀ ਕੇਸ ਲੱਗਾ, 4th ਦਿਨ 1-5 ਬੈਂਡ 4 ਸਾਲ ਦੇ ਗੈਪ ਦਾ ਵੀਜ਼ਾ ਲੱਗ ਕੇ ਆ ਗਿਆ, ਪ੍ਰਾਈਵੇਟ ਕਰੀਅਰ ਕਾਲਜ। ਸੋ ਡਿਪੈਂਡ ਕਰਦਾ ਤੁਸੀਂ ਕੇਸ ਕੀ ਲਾ ਰਹੇ ਹੋ ਔਰ ਵੀਜ਼ਾ ਅਫਸਰ ਕੀ ਚਾਹੁੰਦਾ। ਅੱਜ ਦੀ ਡੇਟ 'ਚ ਜਿਹੜਾ ਮੇਰਾ ਤਜਰਬਾ ਇਹ ਕਹਿ ਰਿਹਾ, ਸਗੋਂ 5.5 ਬੈਂਡ ਅਗਰ 1-5 ਆ, ਬੱਚੇ ਦੇ ਵੀਜ਼ੇ ਲੱਗ ਕੇ ਆ ਰਹੇ, ਸਗੋਂ 6-6.5 ਬੈਂਡ ਦੇ ਵਿੱਚ ਵੀਜ਼ੇ ਰਿਫਿਊਜ਼ ਹੋ ਰਹੇ ਆ। ਮੈਂ ਹੋਰ ਵੀ ਕਈ ਨਵੇਂ ਸ਼ਹਿਰ ਦਫ਼ਤਰ ਬੈਠਾ ਸੀ, ਨਵੇਂ ਸ਼ਹਿਰ ਦੀਆਂ 2-4 ਕੰਪਨੀਆਂ ਦੇ ਰਿਫਿਊਜ਼ਲ ਕੇਸ ਸਾਡੇ ਕੋਲ ਆਏ, ਅਸੀਂ ਉਹਨਾਂ ਦੇ ਰੀਪਲਾਈ ਕੀਤੇ ਆ। ਬਹੁਤ ਜਲਦੀ ਉਹੀ ਕੇਸ ਤੁਹਾਨੂੰ ਅਸੀਂ ਆਪਣੇ ਫੇਸਬੁੱਕ ਪੇਜ 'ਤੇ ਵੀਜ਼ੇ ਲੱਗੇ ਦਿਖਾ ਦਿਆਂਗੇ। ਇੱਕ ਬੱਚਾ ਮੈਨੂੰ ਕਹਿੰਦਾ, ਸਰ ਤੁਹਾਡੇ ਕੋਲ ਕਿਹੜੀ ਹੋਰੀ ਜਾਦੂ ਦੀ ਛੜੀ ਆ, ਜਾਂ ਗਿੱਦੜ ਸਿੰਘ ਜੀ ਜਿਹਨਾਂ ਤੁਸੀਂ ਵੀਜ਼ੇ ਲੈਂਦੇ ਹੋ, ਜਾਂ ਤੁਹਾਡੀ ਐਮਬੈਸੀ ਕੋਈ ਸੈਟਿੰਗ ਆ? ਮੈਂ ਕਿਹਾ ਵੀਰੇ, ਸੈਟਿੰਗ ਸਾਡੀ ਤਜਰਬੇ ਦੀ ਆ,
ਸੈਟਿੰਗ ਮੇਰੀ ਟੀਮ ਦੀ ਹੈ ਜਿਹਨਾਂ ਕੋਲ ਦਿਮਾਗ ਆ ਔਰ ਤਜਰਬਾ, ਕਿਉਂਕਿ ਸਾਡਾ ਦਿਨ ਵੀ ਵੀਜ਼ਿਆਂ ਚੜ੍ਹਦਾ ਉਹ ਸਾਡੀ ਰਾਤ ਵੀ ਵੀਜ਼ਿਆਂ 'ਚ ਹੁੰਦੀ ਹੈ। ਅਸੀਂ ਰਿਫਿਊਜ਼ਲਾਂ ਵੇਖ ਕੇ ਵੀਜ਼ੇ ਵੇਖ ਕੇ ਇੰਨਾ ਕੁ ਤਜਰਬਾ ਇਕੱਠਾ ਕਰ ਲਿਆ 14 ਸਾਲਾਂ 'ਚ, ਪਤਾ ਲੱਗ ਜਾਂਦਾ ਕਿ ਵੀਜ਼ਾ ਅਫਸਰ ਨੂੰ ਕੀ ਦਿਖਾਉਣਾ ਸੀ ਉਹ ਦਿਖਾਇਆ ਕੀ ਗਿਆ। ਜਿਵੇਂ ਇਸ ਬੱਚੇ ਦੇ ਕੋਰਸ ਵਿੱਚ ਮਿਸਮੈਚ ਆ, ਪ੍ਰੋਜੈਕਟ ਮੈਨੇਜਮੈਂਟ ਕੋਰਸ ਦਿੱਤਾ ਹੀ ਉਸ ਬੱਚੇ ਨੂੰ ਜਾਂਦਾ, ਜਿਹੜੇ ਬੱਚੇ ਨੇ ਕੋਈ ਇੰਡੀਆ 'ਚ ਇੱਥੇ ਕੋਈ ਟੈਕਨੀਕਲ ਪੜ੍ਹਾਈ ਕੀਤੀ ਹੋਵੇ, ਕੋਈ ਬੀਟੈਕ ਕੀਤੀ ਹੋਵੇ, ਤਾਂ ਪਲੱਸ ਟੂ ਬੱਚੇ ਨੇ ਅਗਰ ਆਰਟਸ ਵਿੱਚ ਕੀਤੀ ਹੈ ਜਾਂ ਨੋਨ ਮੈਡੀਕਲ ਕੀਤੀ ਹੈ, ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਦੇ ਕੇ ਤੁਸੀਂ ਆਪਣੇ ਰਿਫਿਊਜ਼ਲ ਵਾਲੇ ਪਾਸੇ ਜਾ ਰਹੇ ਹੋ। ਸੋ ਕੋਰਸ ਦੀ ਮਿਸਮੈਚ ਪਲੱਸ ਜੋ ਤੁਹਾਡੇ ਕੇਸ 'ਚ ਕੋਈ ਕਮਜ਼ੋਰੀ ਹੈ, ਕਮੀ ਹੈ, ਨੰਬਰ ਘੱਟ ਆ, ਪੜ੍ਹਾਈ 'ਚ ਗੈਪ ਆ, ਉਹਦੀ ਜਸਟੀਫਿਕੇਸ਼ਨ ਨਾ ਲਾਉਣਾ। ਅਮਨ ਭਾਅ ਜੀ, ਮੈਂ ਬਹੁਤੀ ਵਾਰ ਸੁਣਦਾ ਕਿ ਕੰਸਲਟੈਂਟ ਕਹਿੰਦੇ ਜੀ SDS ਕੈਟਾਗਰੀ ਵਿੱਚ ਤਾਂ ਚੈੱਕ ਲਿਸਟ ਦੇ ਅਕੋਰਡਿੰਗਲੀ SOP ਦੀ ਲੋੜ ਹੀ ਨਹੀਂ ਹੁੰਦੀ। ਬਿਲਕੁਲ ਠੀਕ ਹੈ, ਮੈਂ ਵੀ ਕਹਿੰਦਾ ਨਹੀਂ ਲੋੜ ਹੈਗੀ ਚੈੱਕ SOP 'ਚ, ਨਹੀਂ ਚੈੱਕ ਲਿਸਟ ਨਹੀਂ ਲਿਖਿਆ। ਪਰ ਜੇ ਤੁਹਾਡੇ ਕੇਸ 'ਚ ਕੋਈ ਕਮੀ ਆ, ਵੀਜ਼ਾ ਅਫਸਰ ਤੁਹਾਨੂੰ ਫੋਨ ਕਰਕੇ ਇੰਟਰਵਿਊ 'ਤੇ ਲੈਣੀ ਨਹੀਂ, ਤੁਹਾਨੂੰ ਦੱਸਣਾ ਤਾਂ ਪਏਗਾ ਕਿ ਆਹ ਕੇਸ ਦੀ ਮੈਂ ਜਸਟੀਫਿਕੇਸ਼ਨ ਦੇਣਾ ਕੀ ਚਾਹੁੰਦਾ। ਫੋਰ ਇਗਜ਼ਾਮਪਲ, ਤੁਸੀਂ 2016 'ਚ ਬੱਚੇ ਨੇ ਪੜ੍ਹਾਈ ਛੱਡਤੀ ਸੀ, 3 ਸਾਲ ਦਾ ਪੜ੍ਹਾਈ 'ਚ ਗੈਪ ਹੈ, ਉਹ ਬੱਚੇ ਨੇ ਪੜ੍ਹਾਈ ਕਿਉਂ ਨਹੀਂ ਕੀਤੀ, ਉਹਦੀ ਕੋਈ ਨਾ ਕੋਈ ਜਸਟੀਫਿਕੇਸ਼ਨ ਤੁਹਾਨੂੰ ਬੱਚੇ ਕੋਲ ਹੋਏਗੀ ਨਾ ਕਿ ਮੈਂ ਕਿਉਂ ਨਹੀਂ ਪੜ੍ਹ ਸਕਿਆ। ਸੋ ਇਹਨਾਂ ਕਾਰਨਾਂ ਕਰਕੇ ਇਹ ਕਮੀਆਂ ਕਰਕੇ ਕਈ ਚੀਜ਼ਾਂ ਰਹਿ ਜਾਂਦੀਆਂ ਨੇ ਜਿਹੜੇ ਬੱਚੇ ਵੀਜ਼ੇ ਰਿਫਿਊਜ਼ ਕਰਾ ਦਿੰਦੇ ਆ। ਤੁਸੀਂ ਇੱਕ ਮੋਡਿਊਲ 'ਚੋਂ 5.5 ਬੈਂਡ ਨਾਲ ਪੈਸੇ ਦਾ ਬਿਨਾਂ ਕੋਈ ਰਿਸਕ ਲਏ, ਇੱਕ ਸਿੰਗਲ ਪੈਨੀ ਪੇ ਕੀਤੇ ਬਿਨਾਂ ਵੀਜ਼ਾ ਲੈ ਸਕਦੇ ਹੋ। ਜਨਵੀਨ ਟੇਕਰੀ, ਲਾਸਟ ਮੌਕਾ ਤੁਹਾਡੇ ਕੋਲ ਦੋਸਤੋ, ਪਲੀਜ਼ ਇਹ ਵੀਡੀਓ ਉਹਨਾਂ ਲੋਕਾਂ ਤੱਕ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਲੇਟਰ ਨੂੰ, ਜਿਹੜੇ ਬੱਚੇ ਨੇ ਇੱਕ ਮੋਡਿਊਲ 'ਚ 5.5 ਬੈਂਡ ਆ ਔਰ ਬਿਨਾਂ ਪੈਸੇ ਖਰਚਣੇ, ਬਿਨਾਂ ਪੈਸੇ ਖਰਚੇ ਵੀਜ਼ਾ ਲੈਣਾ ਚਾਹੁੰਦੇ। ਭਵੇਸ਼ ਛੱਤਰੀ ਦਾ ਸਵਾਲ ਹੈ ਜੀ, ਓਵਰਆਲ 7 ਬੈਂਡ ਨੇ, 12ਵੀਂ ਫਰੋਮ ਓਪਨ ਬਰਡ 68%, ਓਪਨ ਬੋਰਡ ਕਰਕੇ ਥੋੜ੍ਹਾ ਜਿਹਾ ਰਿਫਿਊ ਡਰ ਰਹੇ ਨੇ ਰਿਫਿਊਜ਼ਲ ਤੋਂ, ਕਿ ਕੈਨੇਡਾ ਦਾ ਵੀਜ਼ਾ ਮਿਲ ਸਕਦਾ? ਬਿਲਕੁਲ ਮਿਲੇਗਾ ਜੀ, ਥੋਕ ਵਜਾ ਕੇ ਅਪਲਾਈ ਕਰੋ, ਬਟ ਕੋਰਸ ਚੰਗਾ ਚੂਜ਼ ਕਰਿਓ, ਕਾਲਜ ਚੰਗਾ ਚੂਜ਼ ਕਰਿਓ, ਐਂਡ ਨਾਲ ਕਵਰਿੰਗ ਲੈਟਰ ਸਟੇਟਮੈਂਟ ਪਰਪਸ ਜ਼ਰੂਰ ਬਣਾ ਕੇ ਲਾਇਓ ਵੀ ਓਪਨ ਬੋਰਡ ਤੋਂ ਕਿਉਂ ਪੜ੍ਹਾਈ ਕੀਤੀ ਗਈ ਹੈ। ਜੇ RS ਗੋਬਲ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਦੇ ਦਫ਼ਤਰ ਤੁਹਾਡੇ ਲਈ ਓਪਨ ਹੈ। ਜਨਵਰੀ ਇਨਟੇਕ 'ਚ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਹਾਲੇ ਤਕਰੀਬਨ 15 ਨਵੰਬਰ ਤੋਂ ਪਹਿਲਾਂ ਐਪਲੀਕੇਸ਼ਨ ਆਪਾਂ ਲਵਾਂਗੇ ਜੇ ਤੁਹਾਡੇ ਡਾਕੂਮੈਂਟ ਪੂਰੇ ਕੰਪਲੀਟ ਹੈ। ਸੋ ਮੋਸਟ ਵੈਲਕਮ, ਕੀਤਾ ਜਾ ਸਕਦਾ ਅਪਲਾਈ, ਕੋਈ ਘਬਰਾਉਣ ਦੀ ਲੋੜ ਨਹੀਂ, ਓਪਨ ਬੋਰਡ ਕਰਕੇ ਕੋਈ ਵੀਜ਼ਾ ਰਿਫਿਊਜ਼ ਨਹੀਂ ਹੁੰਦੇ, ਇਹ ਲੋਕਾਂ ਦਾ ਆਪਣਾ ਆਪਣਾ ਭਰਮ ਹੈ। ਕਾਲ ਲੈਂਦੇ ਜੀ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਲੈਟਰ ਕਰ ਰਹੇ ਹੋ? ਜੀ ਜੀ ਸਰ, ਆਪਣਾ ਨਾਮ ਦੱਸੋਗੇ ਪਲੀਜ਼? ਸਰ ਮਾਈ ਨੇਮ ਇਜ਼ ਵਿਸ਼ਾਲ, ਆਮ ਫਰਮ ਲੁਧਿਆਣਾ। ਵਿਸ਼ਾਲ ਜੀ ਲੁਧਿਆਣਾ ਤੋਂ। ਜੀ ਸਰ ਪੁੱਛੋ, ਕੀ ਪੁੱਛਣਾ ਚਾਹੁੰਦੇ? ਹਾਂਜੀ ਸਰ, ਅੱਛੀ ਨਾ ਮੈਂ ਕੁਇੰਟਰੀ ਯੂਨੀਵਰਸਿਟੀ ਅਪਲਾਈ ਕੀਤਾ ਸੀ UP 'ਚ। ਓਕੇ ਹੈਲੋ। ਹਾਂਜੀ ਹਾਂਜੀ ਸਰ। ਹਾਂਜੀ ਸਰ, ਅਪਲਾਈ ਕੀਤਾ ਕੁਇੰਟਰੀ ਯੂਨੀਵਰਸਿਟੀ, ਉਸ ਤੋਂ ਬਾਅਦ? ਡਿਪੈਂਡ ਕਰਦਾ ਤੁਹਾਡੇ ਕੰਸਲਟੈਂਟ ਕੋਲ ਯੂਨੀਵਰਸਿਟੀ ਡਾਇਰੈਕਟ ਆ ਕਿ ਕਿਸੇ ਹੋਰ ਬੰਦੇ ਥਰੂ ਅਪਲਾਈ ਕਰ ਰਿਹਾ। ਇਹ ਵੀ ਇੱਕ ਬੜਾ ਵੱਡਾ ਇੱਕ ਸਵਾਲ ਹੈ, ਕਾਫੀ ਬੱਚਿਆਂ ਨੇ ਵੀ ਪੁੱਛਿਆ। UK ਕਈ ਯੂਨੀਵਰਸਿਟੀ ਬਹੁਤ ਜ਼ਿਆਦਾ ਟਾਈਮ ਲੈ ਰਹੀਆਂ ਨੇ ਆਫਰ ਦਿੰਦੇ ਹੋਏ, ਨੋ ਡਾਊਟ। ਕੀ ਕਾਰਨ ਹੋ ਸਕਦਾ, ਰਸ਼ ਜਾਂ ਹੋਰ ਕੋਈ ਵਜ੍ਹਾ? ਹੁਣ ਤੁਹਾਡੇ ਸਟੂਡੀਓ 'ਚ ਅਗਰ ਇੱਥੇ 10 ਬੰਦੇ ਬੈਠਣ ਦੀ ਕਪੈਸਿਟੀ ਹੈ ਅਤੇ ਜੇ 1000 ਬੰਦਾ ਆਜੂਗਾ, ਬਾਕੀ ਬੰਦੇ ਕਿੱਥੇ ਬਿਠਾਉਂਗੇ? ਸੋ ਰਸ਼ ਹੁਣ ਪੰਜਾਬ ਦਾ ਹਰ ਕੋਈ ਬੰਦਾ ਫਿਰ UK ਦੇ ਪਾਸੇ ਤੁਰ ਪਿਆ, ਫਿਰ ਬੋਰਡ ਸਾਰੇ ਬਦਲ ਕੇ ਸਟੱਡੀ ਨਹੀਂ UK ਦੇ ਸ਼ੁਰੂ ਹੋ ਚੁੱਕੇ ਆ। ਤੁਸੀਂ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ ਵੀਡੀਓ ਦੇਖ ਲਓ, ਸਾਰੀ UK ਦੀ ਮਿਲਦੀਆਂ। ਈਵਨ ਕਿ ਆਇਲ ਸੈਂਟਰ ਖਾਲੀ ਹੋਣੇ ਸ਼ੁਰੂ ਹੋ ਗਿਆ। ਮੈਂ ਬੜੇ ਵੱਡੇ ਨਾਂ ਨਹੀਂ ਲੈਣਾ ਚਾਹੂੰਗਾ ਉਸ ਗਰੁੱਪ ਦਾ, ਜਲੰਧਰ ਵਿੱਚ ਉਹਨੇ 2-3 ਸੈਂਟਰ ਬੰਦ ਕਰਤੇ ਆਪਣੇ, ਜਿਹਦੇ ਕੋਲ ਮਤਲਬ 5-7 ਹਜ਼ਾਰ ਬੱਚਾ ਸੀ। ਸੋ ਆਇਲਸ ਦੇ ਬੱਚੇ ਘਟਣ ਦਾ ਕਾਰਨ ਇਹ ਕਿ ਉਹਨੂੰ ਲੱਗਦਾ ਹੁਣ ਵਿਦਾਊਟ ਆਇਲਸ UK ਜਾਣਾ ਸੌਖਾ ਹੋ ਗਿਆ, ਸੋ ਹੁਣ ਆਇਲਸ ਕਹਿੰਦੀ ਲੋੜ ਕੀ ਆਪਾਂ ਨੂੰ? ਪਰ ਪ੍ਰਮੋਟ ਠੀਕ ਹੋ ਰਿਹਾ UK ਜਿਸ ਹਿਸਾਬ ਨਾਲ ਐਡ ਹੋ ਰਹੀ ਹੈ? ਬਿਲਕੁਲ ਠੀਕ ਤਰ੍ਹਾਂ ਨਹੀਂ ਹੋ ਰਿਹਾ। ਪੰਜਾਬ ਵਿੱਚ ਅੱਜ ਵੀ ਤਕਰੀਬਨ 10-15% ਸਹੀ ਲੋਕ ਕੰਮ ਕਰ ਰਹੇ ਆ UK ਦਾ, ਜਿਹੜੀ ਐਥਿਕਸ ਨਾਲ ਕੰਮ ਕਰ ਰਹੇ ਉਹ ਪੁਰਾਣੇ ਬੈਠੇ ਨੇ, ਬਟ ਅੱਜ ਵੀ 85% ਕੰਸਲਟੈਂਟ ਨਵੇਂ ਉੱਭਰ ਕੇ ਫਿਰ ਉਹ ਨਵੇਂ ਆ ਗਏ ਨੇ, ਜਿਹੜੇ ਪਹਿਲਾਂ ਆਸਟ੍ਰੇਲੀਆ ਐਕਸਪਰਟ ਸੀ, ਫਿਰ ਕੈਨੇਡਾ ਐਕਸਪਰਟ ਸੀ, ਕਦੇ ਨਿਊਜ਼ੀਲੈਂਡ ਐਕਸਪਰਟ ਸੀ, ਅੱਜ ਉਹ UK ਐਕਸਪਰਟ ਬਣ ਗਏ ਆ। ਕੋਈ ਯੂਨੀਵਰਸਿਟੀਆਂ ਦਾ ਟਾਈ ਅਪ ਨਹੀਂ ਆ, ਕੋਈ UK ਦੇ ਕਾਨੂੰਨ ਬਾਰੇ ਪਤਾ ਨਹੀਂ। ਈਵਨ ਕਿ ਉਹਨਾਂ, ਮੈਨੂੰ ਹੈਰਾਨੀ ਹੁੰਦੀ ਹੈ, ਮੈਂ ਇਹੋ ਜਿਹੇ ਵੀ ਬੰਦੇ ਨੂੰ ਕਈ ਵਾਰ, ਮੇਰੀ ਮੁਲਾਕਾਤ ਹੋਈ ਇੱਕ ਬੰਦੇ ਨਾਲ ਜਲੰਧਰ ਵਿੱਚ, ਆਪਣੇ ਆਪ ਨੂੰ UK ਦਾ ਐਕਸਪਰਟ ਕਹਿੰਦਾ, ਔਰ ਉਹਨੂੰ ਇਹ ਨਹੀਂ ਪਤਾ ਵੀ ਪੁਆਇੰਟ ਬੇਸ ਸਿਸਟਮ 'ਚ ਕਿੰਨੇ ਪੁਆਇੰਟ ਦੇ ਉੱਤੇ ਵੀਜ਼ਾ ਮਿਲਦਾ। ਅੱਜ ਕੱਲ੍ਹ ਮੇਰੇ ਖਿਆਲ ਨਾਲ ਮੈਂ ਹਰ ਇੱਕ ਮੰਚ 'ਤੇ ਇੰਨੀ ਵਾਰ ਬੋਲ ਚੁੱਕਾ, ਹੁਣ ਤੱਕ ਬੱਚਿਆਂ ਤੱਕ ਨੂੰ ਪਤਾ ਲੱਗ ਗਿਆ ਵੀ 40 ਪੁਆਇੰਟ ਦੇ ਬੇਸ 'ਤੇ ਵੀਜ਼ਾ ਮਿਲਦਾ। ਔਰ ਉਹੀ ਗੱਲਾਂ ਅਸੀਂ 2009 'ਚ ਕਰਦੇ ਹੁੰਦੇ ਸੀ, 30 ਪੁਆਇੰਟ ਕੈਸ਼ ਦੇ ਆ, 10 ਪੁਆਇੰਟ ਫੰਡ ਦੇ ਆ, 40 ਪੁਆਇੰਟ ਮਿਲਦੇ ਨੇ ਵੀਜ਼ਾ ਮਿਲਦਾ। ਔਰ ਜੇ ਏਜੰਟ ਨੂੰ ਇਹ ਚੀਜ਼ ਨਹੀਂ ਪਤਾ, ਸੋਚੋ ਕਿੰਨਾ ਕੁ ਐਕਸਪਰਟ ਹੋਏਗਾ। ਸੋ ਚੰਗੀ ਤਰ੍ਹਾਂ ਪ੍ਰਮੋਟ ਬਿਲਕੁਲ ਨਹੀਂ ਹੋ ਰਿਹਾ, ਔਰ ਉਸੇ ਕਾਰਨ ਕਰਕੇ ਜਿਹੜੀਆਂ ਐਪਲੀਕੇਸ਼ਨ ਐਲੀਜੀਬਲ ਨਹੀਂ ਵੀ ਹੈਗੀਆਂ, ਉਹਨਾਂ ਨੂੰ ਵੀ ਐਪਲੀਕੇਸ਼ਨ ਮਤਲਬ ਆਫਰ ਲੈਟਰ ਦਾ ਦੁਬਾਰਾ ਨਾਰਾ ਲਾ ਕੇ 25-30 ਦੀਆਂ ਲਿਆ ਜਾ ਰਿਹਾ। ਇਹ 'ਚ ਕੋਈ ਸ਼ੱਕ ਨਹੀਂ ਆਫਰ ਲੈਟਰ ਨੂੰ ਡਿਲੇ ਹੋ ਰਹੀ ਹੈ, ਕਾਰਨ ਕੀ ਹੈ? ਪਹਿਲਾਂ ਯੂਨੀਵਰਸਿਟੀ ਰਿਕੁਆਇਰਮੈਂਟ ਸੀਗੀ 60%, ਅੱਜ ਬਹੁਤੀਆਂ ਯੂਨੀਵਰਸਿਟੀ ਰਿਕੁਆਇਰਮੈਂਟ 60 ਤੋਂ ਵੱਧ ਕੇ 70% ਹੋ ਚੁੱਕੀ ਹੈ। ਸੋ ਉਹਦਾ ਯੂਨੀਵਰਸਿਟੀ ਨੇ ਹੁਣ ਦਾਖਲੇ ਦੇਣੇ ਬੰਦ ਕਰ ਦਿੱਤੇ ਨੇ, ਬਹੁਤੀਆਂ ਯੂਨੀਵਰਸਿਟੀਆਂ 'ਚ ਪ੍ਰੋਬਲਮ ਆ ਰਹੀ ਹੈ। ਬਟ ਯਾਰ ਸਾਡੇ ਕੋਲ ਵੀ ਤਕਰੀਬਨ 100-150 ਐਪਲੀਕੇਸ਼ਨ ਇਹੋ ਜਿਹੀ ਹੈ ਜਿਹੜੀ ਹਾਲੇ ਪੈਂਡਿੰਗ ਹੈ,
ਮੈਂ ਖੁਦ ਕਹਿੰਦਾ ਸਾਡੀਆਂ ਆਪਣੀਆਂ ਆਪਣੀਆਂ ਐਪਲੀਕੇਸ਼ਨ ਪੈਂਦੀ, ਕਿਉਂਕਿ ਜਿਸ ਬੱਚੇ ਨੇ ਜੋਬ ਐਕਸਪੀਰੀਅੰਸ ਤਾਂ ਹੀ ਸ਼ੋਅ ਤੋਂ ਪਹਿਲਾਂ ਹੀ ਕਹੀ ਜਾਂਦੇ ਸੀਗਾ ਭਾਜੀ ਯੂਕੇ ਵਾਲੀ ਮੈਂ ਕਹਿਣਾ ਨਹੀਂ ਫਾਈਲਾਂ ਦਾ, ਕਿਉਂਕਿ ਮੇਰੇ ਕੋਲ ਆਕੇ ਹੀ ਬਹੁਤ ਨੇ, ਪਹਿਲੇ ਮੈਂ ਉਹ ਲਾ ਲਵਾਂ ਮੈਂ। ਹਾਂ, ਕਿਉਂਕਿ ਮੈਂ ਯੂਕੇ ਬਾਰੇ ਪ੍ਰਮੋਸ਼ਨ ਤਾਂ ਨਹੀਂ ਕਰ ਰਿਹਾ, ਕਿਉਂਕਿ ਅਸੀਂ ਸਾਡਾ ਖੁਦ ਢਿੱਡ ਭਰ ਚੁੱਕਾ, ਸਾਡੀ ਹੁਣ ਜਿੰਨੀ ਕਪੈਸਿਟੀ ਸੀ ਐਪਲੀਕੇਸ਼ਨ ਲੈਂਦੀ ਸੀ ਲੈ ਚੁੱਕੇ ਹਾਂ। ਸੋ ਹੁਣ ਜੇ ਕੋਈ ਬਹੁਤ ਸਾਫ਼ ਸੁਥਰਾ ਕੇਸ ਹੁੰਦਾ, ਜਿਵੇਂ ਕਿ 2018-19 ਬੱਚਾ ਪੜਿਆ, ਨੰਬਰ 80-70% ਹੈਗੇ ਆ, ਅਸੀਂ ਕੇਸ ਲੈਣ ਨੂੰ ਤਿਆਰ ਆ। ਜੇ ਬੱਚਾ ਪਲੱਸ ਟੂ 2012-13-14 ਪੜਿਆ, ਨੰਬਰ 60% ਆ, ਅਸੀਂ ਕੋਰੀ ਨਾ ਕਰ ਰਹੇ। ਔਰ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਐਪਲੀਕੇਸ਼ਨ ਲਈਆਂ, ਉਹਨਾਂ ਬੱਚਿਆਂ ਦੇ ਵੀਜ਼ੇ ਦਿਖਾ ਕੇ ਆਪਾਂ ਫੇਸਬੁੱਕ 'ਤੇ ਪਾਏ ਆ, ਬਟ ਅੱਜ ਹਾਲਾਤ ਬਦਲ ਚੁੱਕੇ ਨੇ। ਸੋ ਦੋਸਤੋ, ਘਬਰਾਉਣ ਦੀ ਲੋੜ ਨਹੀਂ, ਜਿੰਨਾ ਦੇ ਕੇਸ ਆਰਐਸ ਗੋਲ ਥਰੂ ਲੱਗਿਆ, ਜੋ ਓਪਨ ਲਾਈਵ ਵਿੱਚ ਵੀ ਦੱਸ ਦਿੰਦਾ, ਜਿੰਨਾ ਬੱਚਾ ਨੰਬਰ 60% ਉੱਪਰ ਐਪਲੀਕੇਸ਼ਨ ਲਾਈ ਨੂੰ ਮਹੀਨਾ ਮਹੀਨਾ ਹੋ ਚੁੱਕਿਆ, ਸਾਰਿਆਂ ਦੀ ਐਪਲੀਕੇਸ਼ਨ 15 ਨਵੰਬਰ ਤੋਂ ਪਹਿਲਾਂ ਪਹਿਲਾਂ ਸਾਰੀਆਂ ਅਪਰੂਵ ਹੋ ਜਾਣਗੀਆਂ, ਔਫਰ ਸਭ ਦੀਆਂ ਆ ਜਾਣਗੀਆਂ, ਪੁਆਇੰਟ ਆਪਣੇ ਅਕਾਊਂਟ 'ਚ ਪੈਸੇ ਪਵਾ ਕੇ ਰੱਖ ਲਓ। ਹੁਣ ਇਹ ਨਾ ਹੋਵੇ ਕਿ ਮੈਂ ਤੁਹਾਨੂੰ 15 ਨਵੰਬਰ ਨੂੰ ਔਫਰ ਦੇਵਾਂ ਅਤੇ ਉਦੋਂ ਤੁਸੀਂ ਕੋਈ ਹੁਣ ਸਰ ਫੰਡ ਸ਼ੋਅ ਕਰਾਉਣੇ, 28 ਦਿਨ ਫਿਰ ਚਾਹੀਦੇ। ਸੋ ਆਪਣੇ ਅਕਾਊਂਟ 'ਚ ਪਹਿਲੇ 15-16 ਲੱਖ ਰੁਪਏ ਪਵਾ ਕੇ ਰੱਖੋ, ਤਾਂ ਕਿ ਉਹਨਾਂ ਨੂੰ 28 ਦਿਨ ਪੁਰਾਣਾ ਕਰਨ 'ਚ ਡਿਲੇ ਨਾਲ ਹੋਵੇ। 30 ਪੁਆਇੰਟ ਕੈਸ਼ ਦੀ ਰਿਸਪੋਂਸੀਬਿਲਟੀ ਸਾਡੀ ਆ, 10 ਪੁਆਇੰਟ ਦੀ ਰਿਸਪੋਂਸੀਬਿਲਟੀ ਤੁਹਾਡੀ ਹੈ। ਸੋ ਹੁਣ ਜੇ ਯੂਕੇ ਅਪਲਾਈ ਕਰਨਾ ਚਾਹੁੰਦੇ ਹੋ, ਸੋਚ ਸਮਝ ਕੇ ਕਰਿਓ, ਪੜ੍ਹਾਈ 'ਚ ਗੈਪ ਆ, ਜਸਟੀਫਿਕੇਸ਼ਨ ਲਾਉਣੀ ਪੈਣੀ ਆ। ਜੇ ਪਲੱਸ ਟੂ 2017-18-19 'ਚ ਕੀਤੀ ਹੈ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਗੀ, ਬਟ ਜੇ ਪਲੱਸ ਟੂ 2016-'ਚ ਕੀਤੀ, 15-'ਚ ਕੀਤੀ, ਤਾਂ ਐਪਲੀਕੇਸ਼ਨਾਂ ਹੁਣ ਯੂਨੀਵਰਸਿਟੀ ਵੱਲੋਂ ਰੱਦ ਹੋ ਰਹੀਆਂ ਨੇ, ਫਿਰ ਨਵੀਂ ਯੂਨੀਵਰਸਿਟੀ ਅਪਲਾਈ ਕੀਤਾ ਜਾ ਰਿਹਾ। ਅੱਜ ਸਾਡੇ ਕੋਲ ਤਕਰੀਬਨ 43 ਤੋਂ ਉੱਪਰ ਇਹੋ ਜਿਹੀ ਯੂਨੀਵਰਸਿਟੀ ਨੇ, ਐਂਡ ਹੋਰ ਸਾਡੀਆਂ ਨਵੀਆਂ 20 ਯੂਨੀਵਰਸਿਟੀ ਨਾਲ ਗੱਲਬਾਤ ਚੱਲ ਰਹੀ ਹੈ। ਸੋ ਬਹੁਤ ਜਲਦੀ ਅਸੀਂ 100 ਤੋਂ ਉੱਪਰ ਯੂਨੀਵਰਸਿਟੀਆਂ ਇਕੱਠੀਆਂ ਕਰਕੇ ਫਿਰ ਸੈਮੀਨਾਰ ਕਰਾਂਗੇ, ਕਿਉਂਕਿ ਅਸੀਂ 1 ਜੁਲਾਈ ਦੇ ਵਿੱਚ ਉਦੋਂ ਹੀ ਇੱਥੇ ਇਕੱਠੀਆਂ 15 ਯੂਨੀਵਰਸਿਟੀਆਂ ਬੁਲਾ ਕੇ ਸੈਮੀਨਾਰ ਕਰਤਾ ਸੀ, ਜਦੋਂ ਪੰਜਾਬ ਦੇ ਵਿੱਚ ਹਾਲੇ ਯੂਕੇ ਦੀ ਹਵਾ ਚੱਲਣੀ ਸ਼ੁਰੂ ਹੋਣੀ ਸੀ। ਐਂਡ ਉਸ ਤੋਂ ਪਹਿਲਾਂ ਅਸੀਂ ਤਕਰੀਬਨ 20 ਤੋਂ 25 ਵੀਜ਼ੇ ਫੇਸਬੁੱਕ 'ਤੇ ਅਪ੍ਰੈਲ ਵਿੱਚ ਹੀ ਦਿਖਾ ਚੁੱਕੇ ਸੀ, ਜਿਹੜੇ ਬੱਚੇ ਉੱਥੇ ਜਾ ਚੁੱਕੇ ਨੇ। ਸੋ ਯੂਕੇ ਦੀ ਐਪਲੀਕੇਸ਼ਨਾਂ ਲਵਾਂਗੇ, ਬਟ ਜਿਹੜੇ ਐਪਲੀਕੇਸ਼ਨਾਂ 2017-18 ਪਾਸ ਆਊਟ ਨੇ, ਜੇ ਗ੍ਰੈਜੂਏਸ਼ਨ ਕੀਤੀ ਹੈ ਫਿਰ 2014-15 ਪਾਸ ਵਾਲਾ ਬੱਚਾ ਅਪਲਾਈ ਕਰ ਸਕਦਾ। ਇੱਕ ਰੇੜਕਾ ਇਹ ਬੜਾ ਪੈ ਰਿਹਾ ਬੱਚਿਆਂ ਦੇ ਦਿਮਾਗ 'ਚ, ਪਲੱਸ ਟੂ ਬੱਚਾ ਪੜ੍ਹਿਆ, ਸਪਾਊਸ ਨਾਲ ਜਾ ਸਕਦਾ ਕਿ ਨਹੀਂ, ਜਾਂ GNM ਕੀਤੀ ਹੈ, ਸਪਾਊਸ ਨਾਲ ਜਾ ਸਕਦਾ ਕਿ ਨਹੀਂ, ਡਿਪਲੋਮਾ ਕੀਤਾ 3 ਸਾਲ ਦਾ ਪੋਲੀਟੈਕਨਿਕ, ਸਪਾਊਸ ਨਾਲ ਜਾ ਸਕਦਾ ਕਿ ਨਹੀਂ। ਇੱਕ ਮੋਟੀ ਗੱਲ ਦਿਮਾਗ 'ਚ ਪਾ ਲਓ, ਜਿਹੜਾ ਸਟੂਡੈਂਟ ਮਾਸਟਰਸ ਕੋਰਸ ਲਈ ਜਾ ਰਿਹਾ, ਸਿਰਫ ਉਹੀ ਸਪਾਊਸ ਅਤੇ ਬੱਚੇ ਨਾਲ ਲੈ ਕੇ ਜਾ ਸਕਦਾ। ਮਾਸਟਰਸ ਕੋਰਸ ਤੋਂ ਭਾਵ ਜਿਹੜੀ ਇੰਡੀਆ 'ਚ ਗ੍ਰੈਜੂਏਸ਼ਨ ਕੀਤੀ ਹੋਏਗੀ, ਹੁਣ GNM ਜਿਹੜਾ ਡਿਪਲੋਮਾ ਹੈ ਉਹ ਗ੍ਰੈਜੂਏਸ਼ਨ ਨਹੀਂ ਹੈ, ਉਸ ਤੋਂ ਬਾਅਦ ਸਟੂਡੈਂਟ ਅੱਗੇ ਬੈਚਲਰ ਕਰਨ ਜਾਏਗਾ, ਮਾਸਟਰ ਕਰਨ ਨਹੀਂ ਜਾਂਦਾ। ਪਰ ਭਾਅ ਜੀ ਇੱਥੇ ਵੀ ਇੱਕ ਕਨਫਿਊਜ਼ਨ ਹੈ ਵੀ ਸਪਾਊਸ ਨਾਲ ਨਹੀਂ ਜਾਏਗਾ ਜੀ, ਉਹਨੂੰ ਬਾਅਦ 'ਚ ਅਪਲਾਈ ਕਰਾਂਗੇ, ਪਹਿਲੇ ਮੇਨ ਐਪਲੀਕੈਂਟ ਦਾ ਵੀਜ਼ਾ ਲੈ ਲਈਏ, ਇਹ ਜੀ ਵੀ ਕਾਫੀ ਗੱਲਾਂ ਸੁਣਨ ਜਾ ਰਹੀ। ਦੇਖੋ ਜੀ, ਅੰਬੈਸੀ ਕਹਿੰਦੀ ਅਗਰ ਤੁਹਾਡਾ ਵਿਆਹ ਜੈਨੂਨ ਆ, ਤੁਸੀਂ ਇਕੱਠੇ ਐਪਲੀਕੇਸ਼ਨ ਲਾ ਸਕਦੇ ਹੋ, ਵੀਜ਼ਾ ਲੱਗ ਸਕਦਾ, ਬਟ ਪ੍ਰੋਬਲਮ ਇਹ ਹੈ ਕਿ ਵਿਆਹ ਦੀ ਜੈਨੂਨੈਸ ਦਿਖਾਉਣੀ ਜ਼ਰੂਰੀ ਹੈ, ਵਿਆਹ ਚਾਹੇ ਇੱਕ ਦਿਨ ਪੁਰਾਣਾ ਚਾਹੇ ਤੁਹਾਡਾ ਵਿਆਹ ਸਾਲ ਪੁਰਾਣਾ। ਸਟੂਡੈਂਟ ਦੇ ਵੀਜ਼ੇ ਤੋਂ ਬਾਅਦ ਅਗਰ ਸਪਾਊਸ ਦੀ ਐਪਲੀਕੇਸ਼ਨ ਲਗਾਈ ਜਾਂਦੀ ਹੈ 1 ਹਫ਼ਤੇ ਬਾਅਦ, ਤਾਂ ਵੀਜ਼ਾ ਅੱਜ ਤੱਕ ਸਾਡਾ 100% ਹੈ। ਅੱਜ ਇਸ ਸਮਝ 'ਤੇ ਮੈਂ ਓਪਨਲੀ ਗੱਲ ਦਾਅਵਾ ਕਰ ਰਿਹਾ, ਪੂਰੇ ਪੰਜਾਬ ਕੀ ਪੂਰੇ ਨੌਰਥ ਇੰਡੀਆ ਤੋਂ ਇੱਕ ਸਿੰਗਲ ਬੱਚਾ ਫੜ ਕੇ ਲਿਆਓ ਜਿਹਦਾ ਵੀਜ਼ਾ ਸਾਡੇ ਕੋਲੋਂ ਯੂਕੇ ਦਾ ਰਿਫਿਊਜ਼ ਹੋਇਆ, ਫ੍ਰੀ ਭੇਜਾਂਗਾ ਤੁਹਾਡਾ ਬੱਚਾ ਮੈਂ। ਯਾਨੀ ਕਿ ਸਾਡਾ ਸਕਸੈਸ ਰੇਟ 100% ਹੈ, 99% ਵੀ ਨਹੀਂ, 100% ਹੁਣ ਤੱਕ ਲੋਕਾਂ ਦੀ ਕਚਹਿਰੀ 'ਚ ਅਸੀਂ ਐਪਲੀਕੇਸ਼ਨ ਦੇ ਵੀਜ਼ੇ ਲਵਾ ਕੇ ਦਿੱਤੇ ਆ। ਇੰਨਾ ਜ਼ਰੂਰ ਹੋਇਆ ਸਾਡੇ ਕੋਲ ਕਿ ਅਸੀਂ ਬੱਚੇ ਕੋਲ ਐਪਲੀਕੇਸ਼ਨ ਲਈ, ਔਫਰ ਨਹੀਂ ਆਈ, ਬੱਚੇ ਨੂੰ ਕੇਸ ਮੋੜਤਾ, ਪਰ ਅੱਜ ਤੱਕ ਵੀਜ਼ਾ ਕੋਈ ਰਿਫਿਊਜ਼ ਨਹੀਂ ਹੋਇਆ। ਕਾਰਨ ਕੀ ਹੈ? ਅਸੀਂ ਸਿਰਫ ਉਹੀ ਐਪਲੀਕੇਸ਼ਨ ਫੜਦੇ ਜਿਸ ਨੂੰ ਪਤਾ ਵੀਜ਼ਾ 100% ਹੋਣਾ ਜੀ। ਸੋ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਹਰਕਿਰਨ ਬੋਲ ਰਿਹਾ, ਦੇਸ਼ਪੁਰ ਦੇ ਤੋਂ ਬੋਲ ਰਿਹਾ। ਹਾਂਜੀ ਹਾਂਜੀ ਹਰਕਿਰਨ ਜੀ, ਕਿਹੜੇ ਸ਼ਹਿਰ ਤੋਂ? ਸਰ ਮੈਂ ਚੰਡੀਗੜ੍ਹ ਤੋਂ ਬੋਲ ਰਿਹਾ ਜੀ। ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ? ਸਰ ਕੀ ਪੁੱਛਣਾ ਜੀ? ਸਰ ਮੇਰੇ ਆਈਲਸ ਦੇ ਵਿੱਚ 7 ਬੈਂਡ ਨੇ, ਨੋਟ ਲੈਸ ਦੈਨ 6। ਓਕੇ ਜੀ। ਤੇ ਸਰ ਮੇਰੇ ਕੋਲ ਇੱਕ ਕੈਨੇਡਾ ਦੀ ਰਿਫਿਊਜ਼ਲ ਹੈ ਜੀ, ਤੇ ਉਹ ਪਰਪਸ ਆਫ ਵਿਜ਼ਿਟ ਕਰਕੇ ਜੀ। ਪ੍ਰੋਫਾਈਲ ਕੀ ਹੈ ਭਾਜੀ? ਸਰ ਪ੍ਰੋਫਾਈਲ ਹੈਗੀ ਹੈ, ਮੈਂ 2018 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਆਇਆ ਸੀ ਦੇਹਰਾਦੂਨ ਤੋਂ 67% ਹਾਂ। ਤੇ ਕੋਰਸ ਕਿਹੜਾ ਲਿਆ ਤੁਸੀਂ? ਮੈਂ 1 ਸਾਲ ਤੋਂ ਜੌਬ ਕਰ ਰਿਹਾ ਦਿੱਲੀ ਦੇ ਵਿੱਚ। ਕੋਰਸ ਕਿਹੜਾ ਚੂਜ਼ ਕੀਤਾ ਤੁਸੀਂ? ਕੋਰਸ ਕਿਹੜਾ ਲਿਆ ਭਾਜੀ ਕੈਨੇਡਾ ਦੇ ਵਿੱਚ ਅਪਲਾਈ ਕੀਤਾ? ਸਰ ਕੋਰਸ ਮੈਂ ਲਿੱਤਾ ਅੱਗੇ ਪੀਜੀ ਡਿਪਲੋਮਾ ਲਿੱਤਾ ਇਨ ਹਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ। ਉਹ ਗ੍ਰੈਜੂਏਸ਼ਨ ਕਦੋਂ ਕੀਤੀ ਸੀ? ਸਰ 2018 ਪਾਸ ਆਊਟ ਹੋ ਕੇ 7%। ਕੀ ਗ੍ਰੈਜੂਏਸ਼ਨ ਕੀ ਕੀਤਾ ਸੀ? ਬੀਏ ਸਬਜੈਕਟ ਕੀ ਸੀਗਾ? ਲਾਸਟ ਕੁਆਲੀਫਿਕੇਸ਼ਨ ਕੀ ਹੈ? ਸਰ ਗ੍ਰੈਜੂਏਸ਼ਨ ਵਿੱਚ ਬੀਐਸਸੀ ਇਨ ਹਸਪੀਟੈਲਿਟੀ ਮੈਨੇਜਮੈਂਟ ਕੀਤਾ। ਕੋਈ ਪ੍ਰੋਬਲਮ ਨਹੀਂ ਜੀ, ਕੋਰਸ ਠੀਕ ਆ, ਜੇ ਫਾਈਲ ਚੰਗੇ ਤਰੀਕੇ ਲੌਜ ਕੀਤੀ ਗਈ ਵੀਜ਼ਾ ਆ ਜਾਏਗਾ, ਘਬਰਾਉਣ ਦੀ ਕੋਈ ਲੋੜ ਨਹੀਂ। ਬਟ ਜਿਹੜੀ ਪੁਰਾਣੀ ਰਿਫਿਊਜ਼ਲ ਤੁਹਾਡੀ ਆਈ ਸੀ ਉਹਦੀ ਜਸਟੀਫਿਕੇਸ਼ਨ ਜ਼ਰੂਰ ਲਾਉਣੀ ਸੀ, ਅਤੇ ਪਰਪਸ ਆਫ ਵਿਜ਼ਿਟ ਤੁਹਾਡਾ ਕਿਵੇਂ ਕਲੀਅਰ ਹੋਏਗਾ, ਉਹ ਜਸਟੀਫਿਕੇਸ਼ਨ ਨਾਲ ਲਗਾਈਏ ਤਾਂ ਵੀਜ਼ਾ ਜ਼ਰੂਰ ਹੋਣਾ ਚਾਹੀਦਾ। ਬਾਕੀ ਜੇ 2 ਮਹੀਨੇ ਹੋ ਚੁੱਕੇ ਹਜੇ ਤੱਕ ਰਿਜ਼ਲਟ ਨਹੀਂ ਆਇਆ, ਤਾਂ ਇੱਕ ਵਾਰ ਰਿਮਾਈਂਡਰ ਮੇਲ ਜ਼ਰੂਰ ਤੁਸੀਂ ਐਮਬੈਸੀ ਨੂੰ ਆਪਣੀ ਲਿਸਟ ਜਿਹੜੀ ਤੁਹਾਡੀ ਫਾਈਲ ਨੰਬਰ ਨਾਲ ਅਟੈਚ ਕਰਕੇ ਭੇਜ ਦਿਓ, ਤੁਹਾਨੂੰ ਤੁਹਾਨੂੰ ਕਾਲ ਤੁਹਾਨੂੰ ਮੇਲ ਆ ਜਾਏਗੀ ਜੀ। ਸੋ ਕੈਨੇਡਾ ਨੂੰ ਲੈ ਕੇ ਰਾਹੀ ਸਾਹਿਬ ਮੈਂ ਫਿਰ ਗੱਲ ਕਰਨਾ
ਕੀ ਉਹਦਾ ਜਵਾਬ? ਦੇਖੋ ਜੀ, ਸਾਡੇ ਕੋਲ ਇਹੋ ਜਿਹੇ ਕਾਲਜ ਜਿਨ੍ਹਾਂ 'ਚ ਵਰਕ ਪਰਮਿਟ ਹੈਗਾ, ਜੇ ਮੈਂ ਮੌਂਟਰੀਅਲ ਦੀ ਗੱਲ ਕਰਾਂ ਤਾਂ ਸਾਰੇ ਕਾਲਜ 'ਚ ਵਰਕ ਪਰਮਿਟ ਆ, ਚਾਹੇ ਪ੍ਰਾਈਵੇਟ ਆ, ਹਾਂ ਕਿਊਬਿਕ ਦੀ ਗੱਲ ਕਰਾਂ, ਅਸੀਂ ਕਿਊਬਿਕ 'ਚ ਬੱਚਾ ਭੇਜਦੇ, ਚਾਹੇ ਬੱਚਾ ਇਹ ਕਾਲਜ ਪ੍ਰਾਈਵੇਟ ਆ ਚਾਹੇ ਪਬਲਿਕ ਫੰਡਡ ਆ, ਸਾਰਿਆਂ 'ਚ ਵਰਕ ਪਰਮਿਟ ਹੈਗਾ। ਹੁਣ ਮੈਂ ਕੀ ਗੱਲ ਕਰਦਾ, ਹੁਣ ਜਿਹੜਾ ਟੋਰੋਂਟੋ ਦਾ ਕਾਲਜ ਆ, ਪ੍ਰਾਈਵੇਟ ਕਰੀਅਰ ਕਾਲਜ ਆ, ਮੰਨ ਲਿਆ ਉਹ 'ਚ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਨਹੀਂ ਹੈਗਾ, ਬਟ ਵਰਕ ਪਰਮਿਟ ਤਾਂ ਮਿਲੇਗਾ ਜੇ ਤੁਸੀਂ ਕੈਨੇਡਾ ਪਹੁੰਚੋਗੇ। ਅੱਜ ਬੈਂਡ ਤੁਹਾਡੇ 5.5 ਆ, ਦਿਖਾਓ ਕਿਹੜਾ ਪਬਲਿਕ ਕਰੀਅਰ ਕਾਲਜ ਤੁਹਾਨੂੰ ਦਾਖਲਾ ਦਿੰਦਾ। ਸੋ ਕੈਨੇਡਾ ਪਹੁੰਚਣ ਤੋਂ ਬਾਅਦ ਜੇ ਵਰਕ ਪਰਮਿਟ ਦੀ ਗੱਲ ਕਰੀਏ, ਤੁਸੀਂ 1 ਸਾਲ ਪੜ੍ਹਾਈ ਕਰਕੇ ਵੀਜ਼ੇ ਤੁਹਾਡੇ ਕੋਲ 2 ਸਾਲ ਦਾ, ਤੁਸੀਂ ਅਗਲੇ ਸਾਲ ਮੌਂਟਰੀਅਲ ਚਲੇ ਜਾਓ, ਉੱਥੇ ਆਇਲਸ ਬਰੂਕ ਆ ਕੇ ਪਬਲਿਕ ਕਾਲਜ ਲੈ ਲਓ, ਸਾਲ ਬਾਅਦ ਜਾ ਕੇ ਕਾਲਜ ਚੇਂਜ ਕਰ ਸਕਦੇ ਹੋ। ਤੁਹਾਨੂੰ ਕਿਸੇ ਦੀ ਰੋਕ ਟੋਕ ਨਹੀਂ ਕਿ ਜਾ ਕੇ ਆਪਣੀ ਫੀਸ ਵਾਪਸ ਰਿਫੰਡ ਲਓ, ਜੋ $400-500 ਫੰਡ ਕੱਟਦੇ ਹੋ ਕੱਟ ਕੇ ਕਾਲਜ ਚੇਂਜ ਕਰ ਲਓ, ਆਇਲਸ ਇੰਪਰੂਵ ਕਰ ਲਓ। ਬਟ ਪ੍ਰੋਬਲਮ ਹੈ ਕਿ ਜਿਹੜੇ ਬੱਚੇ ਨੇ 6 ਆ, ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਤੁਸੀਂ ਪ੍ਰਾਈਵੇਟ ਕਾਲਜ ਜਾਓ, ਤੁਸੀਂ ਪਬਲਿਕ ਕਾਲਜ ਜਾਓ, ਯੂਨੀਵਰਸਿਟੀ ਜਾਓ, ਬਹੁਤ ਅੱਛੀ ਗੱਲ ਆ। ਪਰ ਜਿਹੜੇ ਵਿਚਾਰੇ ਬੱਚੇ ਦੇਖ ਚੋ 5.5 ਬੈਂਡ ਆ, ਜਾਣਾ ਉਹਨੇ ਕੈਨੇਡਾ, ਉਹਨੂੰ ਹੱਕ ਆ ਕੈਨੇਡਾ ਪੜ੍ਹਨ ਜਾਣ ਦਾ, ਨਹੀਂ ਪਬਲਿਕ ਕਾਲਜ ਮਿਲਦਾ, ਪ੍ਰਾਈਵੇਟ ਕਰੀਏ ਕਾਲਜ 'ਚ ਪੜ੍ਹਾਈ ਪੂਰੀ ਕਰਕੇ ਫਰਦਰ ਤੁਸੀਂ, ਤੁਹਾਡੇ ਕੋਲ 100 ਰਸਤੇ ਨੇ ਕੈਨੇਡਾ 'ਚ ਪੱਕੇ ਹੋਣ ਦੇ, ਕੋਈ 1-2 ਰਸਤੇ ਨਹੀਂ। ਸਟੂਡੈਂਟ ਨੂੰ ਜਿਹੜਾ 3 ਸਾਲ ਦਾ ਵਰਕ ਪਰਮਿਟ ਨਹੀਂ ਮਿਲਦਾ, ਉਸ ਤੋਂ ਇਲਾਵਾ ਵੀ ਹੋਰ ਕਈ ਇਹੋ ਜਿਹੀ ਓਪਰਚੁਨਿਟੀ ਨੇ ਜਿੱਥੇ ਤੁਸੀਂ LMIA ਲੈ ਕੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, ਐਂਡ ਉਸ ਤੋਂ ਬਾਅਦ PR ਅਪਲਾਈ ਕਰ ਸਕਦੇ ਹੋ। ਸੋ ਇਸ ਲਾਈਵ ਪ੍ਰੋਗਰਾਮ ਵਿੱਚ ਅਸੀਂ ਡਿਟੇਲ 'ਚ ਉਹ ਡਿਸਕਸ ਨਹੀਂ ਵੀ ਕਰ ਪਾਉਂਦੇ। ਸੋ ਜਿਹੜੇ ਬੱਚੇ ਦੇ 1 ਮੋਡਿਊਲ 'ਚ 5.5 ਬੈਂਡ ਆ, ਜਾਂ ਜਿਹੜਾ ਬੱਚਾ ਗਵਰਨਮੈਂਟ ਕਰੀਅਰ ਕਾਲਜ ਵਿੱਚ ਪੜ੍ਹਨ ਦੀ ਕਾਬਲ ਨਹੀਂ ਆ, ਐਲੀਜੀਬਿਲਿਟੀ ਨਹੀਂ ਪੂਰੀ ਕਰ ਪਾ ਰਿਹਾ, ਉਹਨੂੰ ਪ੍ਰਾਈਵੇਟ ਕਰੀਅਰ ਕਾਲਜ ਜ਼ਰੂਰ ਪੜ੍ਹ ਲੈਣਾ ਚਾਹੀਦਾ, ਕਿਉਂਕਿ ਸਾਡੇ ਕੋਲ ਇਹੋ ਜਿਹੀ ਓਪਰਚੁਨਿਟੀਜ਼ ਅਵੇਲੇਬਲ ਆ, ਜਿੱਥੇ ਅਸੀਂ ਪ੍ਰਾਈਵੇਟ ਕਾਲਜ ਵਿੱਚ ਵੀ 2 ਸਾਲ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਦਵਾਉਂਦੇ ਹਾਂ। ਹੁਣ ਮੈਂ ਟੋਰੋਂਟੋ ਦੇ ਹੋਏ ਕਾਲਜ ਦੇ ਨਾਮ ਨਹੀਂ ਲਊਂਗਾ ਜਿਨ੍ਹਾਂ 'ਚ ਪੜ੍ਹਾਈ 2 ਸਾਲ ਤੁਸੀਂ ਕਰ ਰਹੇ ਹੋ, ਉਹਨਾਂ 3 ਸਾਲ ਦਾ ਵਰਕ ਪਰਮਿਟ ਹੈਗਾ, ਭਾਵੇਂ ਉਹ ਪ੍ਰਾਈਵੇਟ ਕਰੀਅਰ ਕਾਲਜ ਹੈਗੇ ਨੇ। ਸੋ ਡਿਪੈਂਡ ਤੁਸੀਂ ਕਿਹੜੇ ਕੋਰਸ ਪੜ੍ਹਨ ਜਾ ਰਹੇ ਹੋ, ਉਸ ਕਾਲਜ ਵਿੱਚ ਕੁਛ ਕੁ ਕੋਰਸਿਸ ਨੂੰ PSW 3 ਸਾਲ ਦਾ ਅਲਾਊਡ ਹੈ, ਜੇ ਤੁਸੀਂ 2 ਸਾਲ ਦੀ ਪੜ੍ਹਾਈ ਉਹਨਾਂ ਕਾਲਜ 'ਚ ਕੰਪਲੀਟ ਕਰ ਲਈ, ਮਤਲਬ ਉਹਨਾਂ ਨੂੰ ਆਪਸ਼ਨ ਮਿਲ ਸਕਦੀ 3 ਸਾਲ ਦਾ, ਡੈਫੀਨੇਟਲੀ। ਯੈਸ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਜੀ 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 ਸਰ, ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਸਰ, ਮੈਂ ਅੰਮ੍ਰਿਤਸਰ ਤੋਂ। ਹਾਂਜੀ ਭਾਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰੇ ਸਰ ਕੈਨੇਡਾ ਬਾਰੇ ਪੁੱਛਿਆ ਸਰ, ਮੇਰੇ ਓਵਰਆਲ 6.5 ਬੈਂਡ ਨੇ, 1-5 ਨੇ ਰੀਡਿੰਗ ਚੋਂ। ਓਕੇ ਜੀ, ਔਰ ਕੁਆਲੀਫਿਕੇਸ਼ਨ ਕੀ ਤੁਹਾਡੀ? ਸਰ ਸਰ ਕੁਆਲੀਫਿਕੇਸ਼ਨ ਮੈਂ +2 ਪਾਸ ਹੈ 2019 ਇਸੇ ਸਾਲ ਹੀ, ਤੇ ਮੈਡੀਕਲ ਸਟ੍ਰੀਮ ਚੋਂ ਮੇਰੇ 70% ਨੰਬਰ ਨੇ। ਪਹਿਲਾਂ ਰਿਫਿਊਜ਼ ਤਾਂ ਨਹੀਂ? ਹਾਂਜੀ ਸਰ, ਪਹਿਲਾਂ ਰਿਫਿਊਜ਼ਲ ਤਾਂ ਨਹੀਂ ਕੈਨੇਡਾ ਤੋਂ? ਨਹੀਂ ਨਹੀਂ ਸਰ, ਫਰੈਸ਼ ਹੀ ਹੈ। ਕਿੱਥੋਂ ਬੋਲ ਰਹੇ ਹੋ? ਅੰਮ੍ਰਿਤਸਰ। ਅੰਮ੍ਰਿਤਸਰ, ਕੱਲ੍ਹ ਨੂੰ ਜਲੰਧਰ ਦਫ਼ਤਰ ਆ ਕੇ ਮਿਲੋ ਬ੍ਰਦਰ, ਜਨਵਰੀ ਇਨਟੇਕ ਅਵੇਲੇਬਲ ਆ, ਜੇ ਤੁਸੀਂ ਪ੍ਰੋਗਰਾਮ ਸੁਣਿਆ ਹੋਊਗਾ 1/2 ਘੰਟਾ ਪਹਿਲਾਂ ਅਸੀਂ ਪੂਰੀ। ਸਰ ਟੋਰੋਂਟੋ ਹੋ ਸਕਦਾ? ਮਿਲ ਕੋਲ ਟੋਰੋਂਟੋ ਹੋਏਗਾ ਜੀ, ਟੋਰੋਂਟੋ ਦੇ ਵਿੱਚ ਡਾਊਨ ਟਾਊਨ ਦਾ ਕੈਂਪਸ ਹੀ ਦਊਂਗਾ ਤੁਹਾਨੂੰ, ਬ੍ਰੈਂਪਟਨ ਦਾ ਕੈਂਪਸ ਵੀ ਅਵੇਲੇਬਲ ਆ, ਔਰ ਹੈਮਿਲਟਨ ਦਾ ਕੈਂਪਸ ਵੀ ਅਵੇਲੇਬਲ ਆ, ਆ ਸਕਦੇ ਹੋ। ਮੈਡੀਕਲ ਦੇ ਵਿੱਚ ਪੜ੍ਹੇ ਹੋ, ਅਰਲੀ ਚਾਈਲਡਹੁੱਡ ਦਾ ਕੋਰਸ ਲੈ ਸਕਦੇ ਹੋ, ਜਾਂ ਫਿਰ ਤੁਸੀਂ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਲੈ ਸਕਦੇ ਹੋ, ਬੜਾ ਵਧੀਆ ਪ੍ਰੋਗਰਾਮ ਹੈ। ਇਸ ਕੋਰਸ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਤੁਸੀਂ ਪਹਿਲਾਂ ਕੋਈ ਪੈਸਾ ਨਹੀਂ ਪੇ ਕਰਨਾ, ਕੇਵਲ ਆਪਦਾ GST ਅਮਾਊਂਟ ਤੁਸੀਂ ਪੇ ਕਰਨਾ, ਔਰ ਮੈਸੀ ਫੀਸ ਦੇਣੀ ਹੈ, ਸਾਡੀ ਫੀਸ, ਕਾਲਜ ਦੀ ਫੀਸ, ਆਫਰ ਦੀ ਫੀਸ, ਉਸ ਦਿਨ ਲਵਾਂਗੇ ਜਿੱਦਣ ਤੁਹਾਡੇ ਪਾਸਪੋਰਟ 'ਤੇ ਵੀਜ਼ਾ ਲਵਾ ਦਾਂਗੇ। ਬਟ ਜੇ ਡਿਲੇ ਕਰਦੇ ਹੋ 15-20 ਨਵੰਬਰ ਤੋਂ ਬਾਅਦ ਆਉਂਦੇ ਹੋ, ਫਿਰ ਸਾਡੇ ਕੋਲ ਮਈ ਇਨਟੇਕ ਲਈ ਆਇਓ, ਫਿਰ ਜਨਵਰੀ ਇਨਟੇਕ ਲਈ ਅਪਲਾਈ ਕਰਨਾ ਆਇਓ। ਭਾਈ ਸਾਹਿਬ, 6.5 ਬੈਂਡ ਓਵਰਆਲ, 1-5, ਕੋਈ ਪ੍ਰੋਬਲਮ। ਹੁਣ ਇਹੋ ਜਿਹੇ ਕਈ ਨੇ ਜਿਨ੍ਹਾਂ ਦੇ 2-5 ਆ ਗਏ, ਉਹਨਾਂ ਨੂੰ ਕੀ ਕਹਿਣਾ ਜਿਹੜੇ ਇਸ ਟਾਈਮ 2-5 ਨਾਲ ਕਨਫਿਊਜ਼ ਹੋਏ? RS ਗਲੋਬਲ ਸਕੂਲ ਆਫ ਲੈਂਗੁਏਜ ਅਕੈਡਮੀ ਨੂੰ ਜੁਆਇਨ ਕਰੋ, ਆਇਲਸ ਦੀ ਮਤਲਬ ਆਇਲਸ ਦੁਆਰਾ ਕਰੋ, ਆਇਲਸ ਦੀ ਫੀਸ ਕੋਈ ਨਹੀਂ ਲਵਾਂਗੇ, ਆਪਣੀ ਫੀਸ ਜਿਹੜੀ ਲੈਣੀ ਉਹ 'ਚ ਤੁਹਾਡੀ ਫੀਸ, ਆਇਲਸ ਵੀ ਡਿਸਕਸ ਕਰ ਲਾਂਗੇ, ਆਇਲਸ ਇੰਪਰੂਵ ਕਰੋ। 2 ਮੋਡਿਊਲ 5.5 ਬੈਂਡ ਆ ਡਿਸਕ ਨਾ ਲਓ, ਮੈਂ ਪਰਸਨਲੀ ਔਰ ਪ੍ਰੋਫੈਸ਼ਨਲੀ ਇਸ ਚੀਜ਼ ਦੀ ਐਡਵਾਈਸ ਨਹੀਂ ਕਰਾਂਗਾ। ਸਮਾਂ ਆਲਮੋਸਟ ਤਾਂ ਪੂਰਾ ਹੋ ਗਿਆ, ਬਟ ਲਾਸਟ ਜਾਂਦੇ ਜਾਂਦੇ ਪੁੱਛੂੰਗਾ, ਜਿਹੜਾ ਦੁਬਈ ਪ੍ਰਮੋਟ ਕਰਦੇ ਹੋ ਤੁਸੀਂ ਸ਼ੈਫਸ ਲਈ, ਬਿਲਕੁਲ ਉਹਨਾਂ ਲਈ ਖਾਸ ਕੀ ਆਪਸ਼ਨ ਆ, ਜੇ ਕੋਈ ਉਦਾਂ ਦੀ ਪ੍ਰੋਫਾਈਲ ਸਾਨੂੰ ਇਸ ਟਾਈਮ ਸੁਣ ਰਹੀ ਹੈ? ਦੇਖ, ਕੋਈ ਵੀ ਐਪਲੀਕੈਂਟ ਜਿਹੜਾ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਵਰਕ ਪਰਮਿਟ 'ਤੇ ਜਾਣਾ ਚਾਹੁੰਦਾ, ਪ੍ਰੋਫੈਸ਼ਨਲ ਸ਼ੈਫ ਦੇ ਤੌਰ 'ਤੇ ਜਾਣਾ ਚਾਹੁੰਦਾ, ਅਸੀਂ ਪਿਛਲੇ ਲਗਭਗ 5.5 ਸਾਲ ਤੋਂ 2013 ਤੋਂ ਸਪਤੰਬਰ ਤੋਂ ਪ੍ਰਮੋਟ ਕਰ ਰਹੇ ਹਾਂ, ਹੁਣ ਤੱਕ 950 ਤੋਂ ਉੱਪਰ ਮੁੰਡੇ ਕੁੜੀਆਂ ਦੇ ਨੰਬਰ, ਕੰਟੈਕਟ ਨੰਬਰ, ਫੇਸਬੁੱਕ ਆਈ ਡੀ ਮਿਲ ਸਕਦੇ ਨੇ, ਜੋ ਸਾਡੇ ਕੋਲ ਦੁਬਈ 'ਚ ਪੜ੍ਹ ਕੇ ਅਲੱਗ ਅਲੱਗ ਮੁਲਕਾਂ 'ਚ ਜਾਂ ਦੁਬਈ ਸੈਟਲ ਹੋ ਚੁੱਕੇ। ਇੰਟਰਨੈਸ਼ਨਲ ਸ਼ੈਫ ਟ੍ਰੇਨਿੰਗ ਪ੍ਰੋਗਰਾਮ, ਯਾਨੀ ਕਿ ਉਸ ਬੱਚੇ ਨੂੰ ICCA ਕਾਲਜ, ਜਾਨੀ ਕਿ ਇੰਟਰਨੈਸ਼ਨਲ ਸੈਂਟਰ ਫੋਰ ਕਲੀਨਰੀ ਆਰਟਸ ਕਾਲਜ, ਬੱਚੇ ਨੂੰ 3 ਮੰਥ ਦਾ ਪ੍ਰੋਫੈਸ਼ਨਲ ਡਿਪਲੋਮਾ ਕਰਾਇਆ ਜਾਂਦਾ, ਉਸ ਤੋਂ ਬਾਅਦ 1 ਸਾਲ ਦੀ ਪਲੇਸਮੈਂਟ ਕਰਾਈ ਜਾਂਦੀ ਹੈ, ਜੋਬ ਗਰੰਟੀ ਗਰੰਟਡ ਲਵਾਈ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹਦੇ ਵਿੱਚ ਬੱਚੇ ਦਾ ਰਹਿਣਾ ਸਹਿਣਾ, ਖਾਣਾ ਪੀਣਾ, ਯੂਨੀਫਾਰਮ, ਮੈਡੀਕਲ ਇੰਸ਼ੋਰੈਂਸ ਪਹਿਲੇ ਦਿਨ ਤੋਂ ਸਭ ਕੁਝ ਫ੍ਰੀ ਹੈ। ਬੱਚੇ ਨੂੰ 3 ਮਹੀਨਿਆਂ ਬਾਅਦ 12-1300 ਦਿਰਾਮ ਤੋਂ ਲੈ ਕੇ 2000 ਦਿਰਾਮ ਤੱਕ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ, ਯਾਨੀ ਕਿ 30-35 ਹਜ਼ਾਰ ਤੋਂ ਲੈ ਕੇ 40 ਹਜ਼ਾਰ ਤੱਕ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ। 2 ਸਾਲ ਦੇ ਤਜਰਬੇ ਤੋਂ ਬਾਅਦ ਬੱਚਾ ਫਰਦਰ ਕੈਨੇਡਾ ਜਾਂ ਆਸਟ੍ਰੇਲੀਆ ਵਰਕ ਪਰਮਿਟ 'ਤੇ ਉਹ PR 'ਤੇ ਮੂਵ ਕਰ ਸਕਦਾ। ਦੁਨੀਆਂ
ਅਗਰ ਤੁਹਾਡਾ ਵੀਜ਼ਾ ਸਾਡੇ ਕੋਲੋਂ ਦੁਬਈ ਦਾ ਰਿਫਿਊਜ਼ ਹੁੰਦਾ ਤਾਂ 1 ਲੱਖ ਰੁਪਏ ਪੈਨਲਟੀ ਦੇ ਚੈੱਕ ਮੇਰੇ ਕੋਲ ਨਾਲ ਲੈ ਜਾਓ, ਜੇ ਤੁਹਾਡਾ ਪੈਸਾ ਖਰਾਬ ਹੁੰਦਾ, ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ। ਸਿਰਫ ਦੋ ਕਾਰਨਾਂ ਕਰਕੇ ਪ੍ਰੋਬਲਮ ਆ ਸਕਦੀ, ਜੇ ਤੁਸੀਂ ਮੈਡੀਕਲੀ ਫਿੱਟ ਨਹੀਂ ਆ ਅਤੇ ਜਾਂ ਦੁਬਈ ਜਾ ਕੇ ਉੱਥੇ ਕੋਈ ਇਮੀਗ੍ਰੇਸ਼ਨ ਦਾ ਜਾਂ ਕ੍ਰਿਮੀਨਲ ਰਿਕਾਰਡ ਤੁਹਾਡਾ ਉੱਥੇ ਖਰਾਬ ਹੈ। ਇਹ ਦੋ ਕਾਰਨਾਂ ਵਾਲੇ ਬੱਚੇ ਸਾਡੇ ਕੋਲ ਨਾਲ ਨਾ ਆਉਣ। ਜੇ ਤੁਸੀਂ ਕਿਸੇ ਵੀ ਥਾਂ ਤੋਂ ਰਿਫਿਊਜ਼ ਹੋ ਚੁੱਕੇ ਹੋ, ਤੁਹਾਡਾ ਵੀਜ਼ਾ ਸਾਡੇ ਕੋਲ ਦੁਬਈ ਦਾ ਰਿਫਿਊਜ਼ ਹੁੰਦਾ, ਅਸੀਂ ਤੁਹਾਡੀ ਫੀਸ ਦੇ ਨਾਲ 1 ਲੱਖ ਰੁਪਏ ਪੈਨਲਟੀ ਦੇ ਚੈੱਕ ਤੁਹਾਨੂੰ ਨਾਲ ਪੇ ਕਰਾਂਗੇ। ਅੱਜ ਤੱਕ ਹਰ ਏਜੰਟ ਅਲੱਗ ਅਲੱਗ ਥਾਵਾਂ 'ਤੇ ਇਹ ਜ਼ਰੂਰ ਕਹਿੰਦਾ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ, ਪਰ ਇਹ ਨਹੀਂ ਕਹਿੰਦਾ ਕਿ ਵੀਜ਼ਾ ਨਾ ਲੱਗਿਆ ਤਾਂ 1 ਲੱਖ ਰੁਪਏ ਮੇਰੇ ਕੋਲ ਪੈਨਲਟੀ ਨਾਲ ਲੈ ਜਾਓ। ਅਤੇ ਉਹ ਵੀ ਦਾਅਵਾ ਨਾਲ ਕਰਦਾ, ਇਹ ਤਾਂ ਕੀਤਾ ਜਾ ਰਿਹਾ ਕਿਉਂਕਿ ਹੁਣ ਤੱਕ 100% ਰਿਜ਼ਲਟ ਲੋਕਾਂ ਦੀ ਕਚਹਿਰੀ ਦਿੱਤਾ। ਜਿਹੜੇ ਬੱਚੇ ਦੁਬਈ 'ਚ ਪੜ੍ਹ ਕੇ USA, ਚਾਹੇ ਉਹ ਰਾਜਾ ਬਲਦੇਵ ਸਿੰਘ ਦੀ ਗੱਲ ਕਰੀਏ, ਚਾਹੇ ਉਹ ਪ੍ਰਦੀਪ ਕੁਮਾਰ ਦੀ ਗੱਲ ਕਰੀਏ, ਚਾਹੇ ਉਹ ਹਰਜਿੰਦਰ ਸਿੰਘ ਦੀ ਗੱਲ ਕਰੀਏ, ਜਿਹੜੇ ਬੱਚੇ ਦੁਬਈ 'ਚ ਪੜ੍ਹ ਕੇ ਅੱਜ ਅਮੈਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਜਾ ਚੁੱਕੇ ਆ, ਜਾਂ ਦੁਬਈ ਦੇ ਅੱਜ ਕਿਸੇ 5-17, 7-17 ਹੋਟਲ 'ਚ ਬੈਠ ਕੇ ਚੰਗੀ ਜੋਬ ਕਰ ਰਹੇ, ਚੰਗਾ ਪੈਸਾ ਕਮਾ ਰਹੇ, ਉਹਨੇ ਨੰਬਰ ਲਏ ਜਾ ਸਕਦੇ ਆ, ਮਨ ਦੀ ਤਸੱਲੀ ਕੀਤੀ ਜਾ ਸਕਦੀ ਹੈ। ਕਿਉਂਕਿ ਜੇ ਤੁਸੀਂ ਕੈਨੇਡਾ ਜਾਂ ਅਮੈਰੀਕਾ ਜਾਂ ਕਿਸੇ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਵਰਕ ਪਰਮਿਟ 'ਤੇ ਜਾਣਾ, ਤੁਹਾਡੇ ਕੋਲ ਹੁਨਰ ਹੋਣਾ ਜ਼ਰੂਰੀ ਹੈ। ਗਲਫ ਕੰਟਰੀ ਦਾ ਜੇ ਡਰਾਈਵਰ ਅਮੈਰੀਕਾ ਕੈਨੇਡਾ 'ਚ ਵਿਕਦਾ ਟਰਾਲੇ ਦੀ, ਇਸੇ ਤਰ੍ਹਾਂ ਇੱਕ ਦੁਬਈ ਦਾ ਸ਼ੈਫ ਜਿਹਦੇ ਕੋਲ 7-17, 5-17 ਜਾਂ 3-17 ਹੋਟਲ ਦਾ ਤਜਰਬਾ ਹੈ, ਉਸ ਬੰਦੇ ਦੀ ਅਮੈਰੀਕਾ ਕੈਨੇਡਾ ਦੀ ਹੋਟਲ ਬੜੀ ਡਿਮਾਂਡ ਹੈ। ਐਂਡ ਜਿਹੜੇ ਕਾਲਜ ਦੀ ਮੈਂ ਗੱਲ ਕਰ ਰਿਹਾ, ICC ਕਾਲਜ ਪਿਛਲੇ 17 ਸਾਲ ਤੋਂ ਇਹ ਕਾਲਜ ਸਿਰਫ ਇਸ ਇੰਡਸਟਰੀ 'ਚ ਸ਼ੈਫ ਹੀ ਬਣਾ ਬਣਾ ਕੇ ਦੇ ਰਿਹਾ, ਗਿਨੀਜ਼ ਵਰਲਡ ਬੁੱਕ ਰਿਕਾਰਡ 'ਚ ਇਹਦਾ ਨਾਮ ਤੱਕ ਦਰਜ ਹੈ, ਐਂਡ 100% ਪਲੇਸਮੈਂਟ ਦੀ ਗਰੰਟੀ ਨਾ ਦਿੱਤੀ ਜਾਂਦੀ ਜੀ। ਸੋ ਭਾਈ ਸਾਹਿਬ, ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਡਿਸਕਸ਼ਨ ਕਰਨ ਲਈ ਆਉਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਧੰਨਵਾਦ। ਧੰਨਵਾਦ ਸਾਰੇ ਦਰਸ਼ਕਾਂ ਦਾ। ਅੱਜ ਦਾ ਲਾਈਵ ਇੱਥੇ ਖਤਮ ਕਰਦੇ ਹਾਂ, ਬਟ ਇਸ ਤੋਂ ਬਾਅਦ ਜਿਹੜੀ ਤੁਹਾਡੀ ਕਾਲ ਹੈ ਉਹ ਰਾਏ ਸਾਹਿਬ ਦੀ ਐਕਸਪਰਟ ਟੀਮ ਅਟੈਂਡ ਕਰੇਗੀ ਅਤੇ ਉਹਦੇ ਜਵਾਬ ਦੇਵੇਗੀ। ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।